ਜੇਲ ਆ ਲੈ ਚੰਗੀਆਂ ਚੀਜ਼ਾਂ ਲਿਆ ਕੇ ਉਸ ਘਰ ਦੇ ਵਿੱਚ ਰੱਖ ਦਿੱਤੀਆਂ ਤੇ ਜੇ ਉਸ ਘਰ ਦੇ ਵਿੱਚ ਤੁਸੀਂ ਲਾਈਟ ਨਹੀਂ ਜਗਾਉਂਦੇ ਤੇ ਉਹਦੇ ਘਰ ਵਿੱਚ ਕੀ ਹੈ ਹਨੇਰਾ ਤੇ ਜਿਹੜੇ ਘਰ ਚ ਹਨੇਰਾ ਹੋਵੇ ਉੱਥੇ ਭੂਤ ਪ੍ਰੇਤ ਵੀ ਵੱਸਦੇ ਆ ਉੱਥੇ ਰੱਬ ਦਾ ਵਾਸਾ ਨਹੀਂ ਹੁੰਦਾ ਉੱਥੇ ਚਾਨਣ ਜਿੱਥੇ ਹੋਵੇ ਸਮਝੋ ਉਹਦਾ ਵਾਸਾ ਹੈ ਉਹਨਾਂ ਕਈਆਂ ਨੇ ਜਦੋਂ ਭੂਤਾਂ ਦੀ ਗੱਲ ਸੁਣੀ ਨਾ ਕਈਆਂ ਨੇ ਬੜੇ ਕੰਨ ਚੁੱਕੇ ਵੀ ਵਾਕਿਆ ਭੂਤ ਹੁੰਦੇ ਆ ਆਹ ਭੂਤ ਹੈ ਅਸ਼ੂਤ ਹੈ ਅਲੋਕ ਹੈ ਅਸ਼ੋਕ ਹੈ ਅਨੰਤ ਹੈ ਅਪੰਦ ਹੈ ਇਹ ਬੀਬੀਓ ਸਾਰੀਆਂ ਚੀਜ਼ਾਂ ਹੈਗੀਆਂ ਜਿਹਨਾਂ ਨੂੰ ਦਿਖਦੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਫਿਰ ਕੀ ਹਾਲ ਹੁੰਦਾ ਸੱਚ ਦਾ ਸਾਹਮਣਾ ਨਾ ਨਹੀਂ ਕਰਨਾ ਝੂਠ ਦਾ ਸਾਹਮਣਾ ਨਹੀਂ ਹੁੰਦਾ ਇਹਦਾ ਇਹਦੇ ਝੂਠੀ ਹੈ ਮਾਂ ਨੂੰ ਪੁੱਛਿਆ ਮਹਾਰਾਜ ਝੂਠ ਤਾਂ ਹੈਗੇ ਬੋਂਜਾ ਵੀਰ ਚੌਂਠ ਚੋਕਣਾ ਜਿੰਦ ਭੂਤ ਪ੍ਰੇਤ ਫਤਿਹ ਸਿੰਘ ਤੇ ਜਥੇ ਸਿੰਘ ਨਿਹੰਗ ਸਿੰਘ ਭਜੰਗ ਸਿੰਘ ਸ਼ਹੀਦ ਸਿੰਘ ਮਰੀਦ ਸਿੰਘ ਇਹ ਸਾਰੇ ਹੀ ਨੇ ਫਿਰ ਮੈਂ ਕਿਹਾ ਮਹਾਰਾਜ ਫਿਰ ਪ੍ਰੇਤਾਂ ਦੀ ਗੱਲ ਚੱਲਦੀ ਉਹਦੇ ਬਾਰੇ ਸਪਸ਼ਟ ਦੱਸੋ ਵੀ ਹੈਗੇ ਮਹਾਰਾਜ ਕਹਿੰਦੇ ਭੂਤ ਪ੍ਰੇਤ ਸ਼ੂਕਰ ਮਿਰਗਾਚ ਬਾਬਾ ਕਹਿੰਦਾ ਹੈਗੇ ਆ ਤੇ ਜਦੋਂ ਵਿੱਚ ਰਵੜਾ ਰੱਪਾ ਜਿਹਾ ਪੈਂਦਾ ਨਾ ਖਿੱਚ ਧੂਜੀ ਆਉਂਦੀ ਸਮਝ ਲਓ ਫਿਰ ਉਹ ਆਪ ਹੀ ਵਰਤ ਰਿਹਾ ਖਾਣਾ ਪੀਣਾ ਚਾਹੀਦਾ ਮਹਾਰਾਜ ਨੇ ਆਖਿਆ ਸ਼ਕਤ ਸਿਖਾਉਣ ਵਾਸਤੇ ਵੀ ਗੁਰੂ ਦਾ ਦਰਬਾਰ ਗਿਆ ਭਰਾਓ ਗੁੱਸਾ ਨਾ ਕਰਿਓ ਆਪਾਂ ਤੇ ਅੱਗੇ ਬਦਨਾਮ ਆ ਸਾਨੂੰ ਮਾਝੇ ਵਾਲਿਆਂ ਨੂੰ ਕਹਿੰਦੇ ਇਹਨਾਂ ਦਾ ਸੁਭਾਅ ਬੜਾ ਅਣਭ ਹੈ ਤੇ ਮਾਲਵਿਆਂ ਨੂੰ ਕਹਿੰਦੇ ਬੰਦੇ ਬੜੇ ਰੁੱਖੇ ਆ ਆਪਾਂ ਤੇ ਇਸੇ ਕਰਕੇ ਬਦਨਾਮ ਆਪਾਂ ਨਾ ਰੁੱਖੇ ਆ ਨਾ ਅਣਭ ਆ ਸਾਡੇ ਵਰਗਾ ਤੇ ਪਿਆਰ ਹੀ ਨਹੀਂ ਕੋਈ ਬਖਸ਼ ਸਕਦਾ ਨਾ ਸਾਡੇ ਵਰਗਾ ਕੋਈ ਦਾਨ ਦੇ ਸਕਦਾ ਨਾ ਸਾਡੇ ਜਿੰਨਾ ਕੋਈ ਪਿਆਰ ਹੀ ਕਰ ਸਕਦਾ ਅਸੀਂ ਜਿੱਥੇ ਕਿਵਾਤਾਂ ਪਾਈਆਂ ਪਿਆਰ ਦੀਆਂ ਪਾਈਆਂ ਹੁਣ ਅਗਲਿਆਂ ਨੂੰ ਨਹੀਂ ਸਮਝਾਉਂਦੇ ਅਸੀਂ ਕਰ ਸਕਦੇ ਅਸੀਂ ਤੇ ਫਾਂਸੀ ਦੇ ਰੱਸੇ ਨੂੰ ਚੁੰਮਣ ਲੱਗਿਆ ਵੀ ਕਿਹਾ ਵੀ ਆਨੰਦ ਹੈ ਆਨੰਦ ਹੈ ਇਹ ਥੋੜਾ ਆਖਿਆ ਕਿ ਹੁਣ ਸਾਡੀ ਜਾਨ ਬਚਾਓ ਮੈਂ ਆਪਣੇ ਵੀਰਾਂ ਨੂੰ ਆਪਣੇ ਭਰਾਵਾਂ ਨੂੰ ਆਪਣੀਆਂ ਭੈਣਾਂ ਨੂੰ ਮਾਤਾਵਾਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਬਾਬੇ ਨਾਨਕ ਦੇ ਰਸਤੇ ਤੇ ਤੁਰੀਏ ਖਾਂਦੀਆਂ ਪੀਂਦੀਆਂ ਉਹ ਰਾਹ ਭੁੱਲ ਨਾ ਜਾਈਏ ਮੈਂ ਖਾਣ ਪੀਣ ਤੋਂ ਕਿਸੇ ਨੂੰ ਨੀ ਵਰਤਦਾ ਨਾ ਵਰਤਾਉਣ ਵਾਲਿਆਂ ਨੂੰ ਤੱਕ ਤੇ ਲੱਗੇ ਨੂੰ ਤਕੜੇ ਹੋ ਕੇ ਲੱਗਦਾ ਪਰ ਇੱਕ ਗੱਲ ਬਾਬੇ ਦੀ ਚੁੰਮਦੀ ਨੀ ਤੁਹਾਨੂੰ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਖਸਮ ਵਸਾਰ ਖਵਾਰੀ ਦੀ ਕੀਨੀ ਤ੍ਰਿਕ ਜੀਵਨ ਨਹੀਂ ਰਹਿਣਾ ਇਹ ਨਹੀਂ ਰਹਿਣਾ ਫਿਰ ਜੇ ਆਪਾਂ ਨੂੰ ਪਤਾ ਇਹਨੇ ਰਹਿਣਾ ਨਹੀਂ ਇਹਨਾਂ ਨੂੰ ਚੰਗੇ ਪਾਸੇ ਲਾ ਕੇ ਸਦਾ ਜੀਵਨ ਪਾਲਣਾ ਚਾਹੀਦਾ ਫਿਰ ਸਤਿਗੁਰੂ ਸੱਜੇ ਪਾਤਸ਼ਾਹ ਕਿਰਪਾ ਕਰਨ ਆਓ ਜਿੰਨੇ ਜੁੜ ਕੇ ਬੈਠੇ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਵੀ ਆਓ ਸੱਜੋ ਇੱਥੇ ਆ ਕੇ ਆ ਜਿਹੜੇ ਲਾਈਵ ਵੀ ਚਲਾ ਰਹੇ ਨਾ ਇਹਨਾਂ ਲੋਕਾਂ ਨੇ ਤੁਹਾਡੀ ਪ੍ਰਦਰਸ਼ਨੀ ਦੁਨੀਆਂ ਦੇ ਸਾਹਮਣੇ ਰੱਖਣੀ ਹੈ ਇਹਨਾਂ ਦੱਸਾਂ ਵੀ ਆਪਣੇ ਬਾਬੇ ਦਾ ਇਹ ਸਤਿਕਾਰ ਕਿੰਨਾ ਕਰਦਾ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਆਪਣੇ ਮਾਂ ਪਿਓ ਦਾ ਸਤਿਕਾਰ ਨਹੀਂ ਕਰਦਾ ਦੁਨੀਆਂ 'ਚ ਸਤਿਕਾਰ ਪਾਉਣ ਦੀ ਆਸ ਨਾ ਰੱਖਦਾ ਮਹਾਰਾਜ ਕਹਿੰਦੇ ਪਹਿਲਾਂ ਮਾਂ ਬਾਪ ਦਾ ਸਤਿਕਾਰ ਹੈ ਖਾਣ ਤੀਰਥਾਂ ਤੇ ਘੁੰਮਣ ਵਾਲਿਆਂ ਦੇ ਮਾਂ ਬਾਪ ਘਰ ਘਰਖਾ ਮਰਦਾ ਤੇ ਉੱਥੇ ਲੰਗਰ ਲਾਏ ਵੀ ਕਿਸੇ ਕੰਮ ਦੀ ਆ ਸਾਡੇ ਵਾਲੇ ਤੁਰ ਪਏ ਤੁਰ ਕੇ ਡੰਡਾ ਡੇਰਾ ਮੈਂ ਕਹਿੰਦਾ ਮੰਦਰ ਬਣਾਓ ਜੀ ਸਦਕੇ ਬਣਾਓ ਕੋਈ ਮੰਦਰਾਂ 'ਚ ਲੰਗਰ ਲਾਉਣ ਵਾਲਿਓ ਕੱਲ੍ਹ ਤੇ ਤੁਹਾਨੂੰ ਜੁੱਤੀਆਂ ਪਈਆਂ ਭੁੱਲ ਗਏ ਤੁਸੀਂ ਕੱਲ੍ਹ ਤੁਹਾਡੀਆਂ ਧੀਆਂ ਭੜਾ ਕੱਢ ਕੇ ਨਗਰ ਕੀਤੀਆਂ ਬਾਜ਼ਾਰਾਂ 'ਚ ਕੱਲ੍ਹ ਤੁਹਾਡੇ ਭਰਾਵਾਂ ਦੇ ਗਲਾਂ 'ਚ ਪੈਰ ਪਾਏ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਡੇ ਆਪਣੇ ਭਰਾ ਭੁੱਖੇ ਮਰਦੇ ਫਿਰਦੇ ਅੰਜ ਤੀਮਾਂ ਤੋਂ ਮਰਦਾ ਮੰਗਦੇ ਫਿਰਦੇ ਤੁਸੀਂ ਜਾ ਕੇ ਉੱਥੇ ਲੰਗਰ ਲਾਉਂਦੇ ਫਿਰਦੇ ਹੋ ਲੰਗਰ ਲਾਓ ਇਹ ਲੰਗਰ ਐਵੇਂ ਨਹੀਂ ਆਖਦਾ ਸੀ ਡੰਡਾ ਡੇਰਾ ਚੁੱਕ ਕੇ ਜਿੱਥੇ ਮਰਜ਼ੀ ਤੁਰ ਪਓ ਇਹ ਲੰਗਰ ਇਸ ਕਰਕੇ ਚਲਾਏ ਸੀ ਵੀ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕੀਤੀ ਜਾ ਸਕੇ ਇਸ ਕਰਕੇ ਨਹੀਂ ਵੀ ਅਸੀਂ ਦੁਨੀਆਂ ਸਾਹਮਣੇ ਫੇਮ ਕੱਟੀ ਨਿਹੰਗ ਸਿੰਘ ਨਾਲੇ ਨਾ ਢਿੱਡ ਭਰਨ ਵਾਲੇ ਲੰਗਰ ਘੱਟ ਹੀ ਲਾਉਂਦੇ ਆ ਨਿਹੰਗ ਸਿੰਘਾਂ ਨੇ ਜਦੋਂ ਵੀ ਲੰਗਰ ਲਾਏ ਸਿਰਾਂ ਦੇ ਲੰਗਰ ਲਾਏ ਨੇ ਅਭਿਆਸ ਪਾਇਆ ਮੈਂ ਪੱਲਿਓ ਨਹੀਂ ਕਹਿੰਦਾ ਤੇ ਜਿਹੜਾ ਉੱਥੇ ਬੈਠਾ ਰਿਹਾ ਉਹਨੂੰ ਇਸ ਗੱਲ ਦਾ ਥੋੜਾ ਪਤਾ ਪਾਣਾ ਪਹਿਲਾਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ 96 ਕਰੋੜੀ ਖਾਲਸਾ ਉਹਨਾਂ ਦੇ ਕੋਲ ਨਾ ਇਹ ਪਾਵਰ ਹੁੰਦੀ ਸੀ ਵੀ ਅਮਰ ਦੀ ਉਹ ਛਕਾਉਂਦੇ ਸੀ ਪੰਜ ਪਿਆਰੇ ਬੁੱਢੇ ਦਲ ਤੋਂ ਜਾਂਦੇ ਸੀ ਇਹ ਮੈਂ ਵਿਚਾਰਾ ਤਾਂ ਰੱਖ ਰਿਹਾ ਕਿ ਅੱਜ ਇਹਨਾਂ ਚੀਜ਼ਾਂ ਦੀ ਬਹੁਤ ਵੱਡੀ ਘਾਟ ਆ ਸਾਡੇ ਵਿੱਚ ਤੁਹਾਡੀ ਇੰਨੇ ਕੁ ਮਜ਼ਬੂਰ ਉਹ ਇਹ ਗੱਲਾਂ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਹੁੰਦਾ ਵੀ ਜੇ ਅਸੀਂ ਆਹ ਗੱਲਾਂ ਕੀਤੀਆਂ ਸਾਡਾ ਪ੍ਰੋਗਰਾਮ ਮਾਰਿਆ ਜਾਣਾ ਮੈਂ ਕਹਿੰਦਾ ਮਾਰਿਆ ਜਾਵੇ ਕੋਈ ਫਰਕ ਨਹੀਂ ਪਰ ਸੱਚ ਬੋਲੋ ਜੇ ਜਗਾ ਹੀ ਨਾ ਸਕੇ ਫਿਰ ਫਾਇਦਾ ਕੀ ਹੋਇਆ ਸਾਡਾ ਅਗਲੇ ਪੈਸੇ ਤੇ ਅਸੀਂ ਜੇਬ ਪਾ ਕੇ ਚਲੇ ਗਏ ਤੁਹਾਡੀ ਸੁਣਦੇ ਦੇ ਸੁਣਦੇ ਰਹਿ ਗਏ ਤਾਂ ਸਾਡਾ ਉਹਦਾ ਕੀ ਫਾਇਦਾ ਹੋਇਆ ਇੱਕ ਕਲਾਕਾਰ ਕਹਿੰਦਾ ਨਾ ਜਬ ਹਮ ਆਏਗੇ ਤਾਂ ਗਰਮੀ ਬਣ ਜਾਏਗੀ ਉਹਦੇ ਆਉਣ ਨਾਲ ਗਰਮੀ ਨਹੀਂ ਵੱਧ ਹੁੰਦੀ ਢਾਡੀਆਂ ਦੇ ਆਉਣ ਨਾਲ ਗਰਮੀ ਵੱਧ ਹੁੰਦੀ ਹੈ ਉਹਨਾਂ ਦੇ ਆਉਣਾ ਦੇ ਲੋਕ ਢਿੱਲੇ ਮੱਠੇ ਜਿਹੇ ਹੁੰਦੇ ਸੁਸਤ ਹੁੰਦੇ ਆ ਪਰ ਜਦੋਂ ਢਾਡੀ ਆਉਂਦਾ ਢਾਡੀ ਠੰਡੇ ਖੂਨ ਨੂੰ ਗਰਮ ਕਰਦੇ ਨੇ ਇਹ ਸਾਡਾ ਦੱਸਣਾ ਫਰਜ਼ ਹੈ ਦੁਨੀਆਂ ਦੇ ਲੋਕਾਂ ਨੂੰ
ਅੱਜ ਪਾਣਾ ਕੋਈ ਪਾ ਲੈਂਦਾ ਨਾ ਅੱਜ ਕਿਸੇ ਨੂੰ ਪੁੱਛਣਾ ਨਹੀਂ ਪੈਂਦਾ ਵੀ ਪਾਣਾ ਪਾ ਲਈਏ ਨਹੀਂ ਇੱਦਾਂ ਕਹਿ ਲਈਏ ਕਿ ਨਹੀਂ ਪਹਿਲਾਂ 10 ਸਾਲ ਸੇਵਾ ਕਰਨੀ ਪੈਂਦੀ ਸੀ ਤੇ 10 ਸਾਲ ਦੀ ਸੇਵਾ ਤੋਂ ਬਾਅਦ ਇਹ ਪਾਣਾ ਮਿਲਦਾ ਸੀ ਕਿਤੇ 20 ਸਾਲ ਸੇਵਾ ਕਰਨ ਤੋਂ ਬਾਅਦ ਅਮਰ ਦੀ ਦਾਤ ਮਿਲਦੀ ਸੀ ਤੇ 30 ਸਾਲ ਲੰਘਦਾ ਜਾਂਦਾ ਸੀ ਪੇ ਜਾ ਕੇ ਫੱਲਾ ਮਿਲਦਾ ਸੀ ਗੁੱਸਾ ਨਾ ਕਰਿਓ ਅੱਜ ਤੇ ਜਹੇਦਾਰਾਂ ਦੇ ਕੋਲ ਜਾਓ ਪਈਆ ਲੱਖ ਦਿਓ ਤੇ ਇੱਕ ਰੰਮ ਦੀ ਪੇਟੀ ਦੇ ਦਿਓ ਤਾਂ ਮੱਥਾ ਟੇਕ ਦਿਓ ਅਗਲਾ ਕਹਿੰਦਾ ਜਾ ਤੈਨੂੰ ਮਾਂ ਕਾਲ ਅੱਜ ਤੱਕ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਮਾਂ ਕਾਲ ਹੈ ਕੀ ਆ ਬਾਣੀ ਵੀ ਪੜੀ ਜਾਂਦੇ ਮਾਂ ਕਾਲ ਹਮਾਰ ਹਮਾਰੋ ਉਹ ਰੱਖਿਆ ਤੇ ਮਾਂ ਕਾਲ ਨੇ ਕਰਨੇ ਸੀ ਇਹੋ ਜਿਹੇ ਕਾਲ ਨੇ ਥੋੜਾ ਕਰਨੇ ਸੀ ਇਹਦਾ ਇਹ ਕਾਲ ਨੇ ਇਹ ਮਾਂ ਕਾਲ ਨਹੀਂ ਨਿਹੰਗ ਸਿੰਘ ਟਿੱਕੇ ਨਾ ਸੰਧੂਰਾ ਦੇ ਨਹੀਂ ਲਾਉਂਦੇ ਇਹ ਕੇਸਰਾਂ ਦੇ ਨਹੀਂ ਇਹ ਤੇ ਤਿਲਕ ਲਗਾਉਣ ਦੇ ਲਾਉਂਦੇ ਰਹੇ ਨੇ ਤੇ ਖੂਨ ਦੀਆਂ ਨਦੀਆਂ ਚੋਂ ਬਾਹਰ ਲੰਘੇ ਨੇ ਜਿਹਨੇ ਪੱਚਦੇ ਅੱਗ ਦੇ ਭਾਂਪੜਾਂ ਦੇ ਵਿੱਚ ਹੱਥ ਪਾਏ ਹੋਵੇ ਇੱਕ ਗੱਲ ਯਾਦ ਰੱਖਿਓ ਸਿੰਘ ਮਰਦਾ ਤੇ ਮਰ ਜਾਂਦਾ ਇੱਕ ਵੈਰੀ ਦਾ ਖਾਂਦਾ ਨਹੀਂ ਤੇ ਇੱਕ ਵੈਰੀ ਤੇ ਗਾੜੀ ਗੋਡੇ ਨਹੀਂ ਟਿਕਦਾ ਇਹ ਗੱਲ ਮੇਰੀ ਯਾਦ ਰੱਖੋ ਵੀ ਭੀੜ ਤੁਹਾਡੀ ਕੁੱਖ ਤੋਂ ਪੈਦਾ ਹੋਣ ਵਾਲੇ ਜਾਂ ਹੋਏ ਜਿਹੜੇ ਨੇ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਨਾ ਅਸੀਂ ਝੁਕਣ ਵਾਸਤੇ ਆਏ ਨਾ ਅਸੀਂ ਡਿੱਗਣ ਵਾਸਤੇ ਆਏ ਤੇ ਆਏ ਕੀ ਲੈਣ ਅਸੀਂ ਆਏ ਲੜਨ ਵਾਸਤੇ ਅਸੀਂ ਆਏ ਖੜਨ ਵਾਸਤੇ ਅਸੀਂ ਤੇ ਦੁਨੀਆਂ ਦੇ ਸਾਹਮਣੇ ਤਖਤੇ ਦੇ ਉੱਤੇ ਇਤਿਹਾਸ ਰਚਣ ਵਾਸਤੇ ਆਏ ਆ ਔਰ ਐਸਾ ਇਤਿਹਾਸ ਰਚਿਆ ਵੀ ਜਿਹੋ ਜਿਹਾ ਨਾ ਕੋਈ ਮਾਂ ਦਾ ਪੁੱਤ ਰਚ ਸਕਿਆ ਤੇ ਨਾ ਰਚ ਸਕਦਾ ਆਪਣੇ ਵਾਰਸ ਨੂੰ ਭੁੱਲੋ ਨਾ ਇਹੋ ਜਿਹੇ ਬਾਬਿਆਂ ਨੂੰ ਜਿਹੜੇ ਬਾਹਰੋਂ ਪੈਸੇ ਭੇਜਦੇ ਨਾ ਮੈਂ ਉਹਨਾਂ ਨੂੰ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਉਹ ਭਰਾਓ ਤੁਹਾਡੇ ਆਪਣੇ ਭਰਾ ਜਿਹਨਾਂ ਨੇ ਕੁਰਬਾਨੀਆਂ ਕੀਤੀਆਂ ਨਾ ਉਹਨਾਂ ਦੇ ਘਰਾਂ 'ਚ ਜਾ ਕੇ ਦੇਖੋ ਘਾਹ ਹੋ ਗਿਆ ਪਿਆ ਉਹਨਾਂ ਦੇ ਨਾਮ ਤੋਂ ਕਮਾਈਆਂ ਕਰਕੇ ਲੋਕਾਂ ਨੇ ਆਪਣੇ ਧੀਆਂ ਪੁੱਤ ਬਾਹਰ ਫੁੱਕੇ ਕਰ ਲੈ ਤੇ ਜਿਹਨਾਂ ਕੁਰਬਾਨੀਆਂ ਕੀਤੀਆਂ ਉਹਨਾਂ ਦੇ ਘਰਾਂ ਦੇ ਵਿੱਚ ਅੱਜ ਵੀ ਪਾਲਿਆਂ ਵਾਲੀਆਂ ਛੱਤਾਂ ਨੇ ਅੱਜ ਵੀ ਜਿਹੜੇ ਸੱਚ ਦੀਆਂ ਬਾਤਾਂ ਪਾਉਂਦੇ ਨੇ ਅੱਜ ਵੀ ਬੱਸਾਂ 'ਚ ਧੱਕੇ ਖਾਂਦੇ ਫਿਰਦੇ ਨੇ ਅੱਜ ਵੀ ਜਿਹੜੇ ਸੱਚ ਦੀਆਂ ਬਾਤਾਂ ਪਾਉਂਦੇ ਨੇ ਦੱਸਦਾ ਵੀਹ ਉਹਨਾਂ ਦੇ ਉੱਤੇ ਬੱਚੇ ਨੇ ਕੋਈ ਸਾਫ਼ ਨਹੀਂ ਲੈਂਦਾ ਮੈਨੂੰ ਪਟਿਆਲੇ ਕੰਡ ਦੇ ਵਿੱਚ ਨਾ ਚੁੱਕ ਲਿਆ ਮੇਰੇ ਤੇ ਪਰਚਾ ਹੋਇਆ ਇੱਕ ਹਫ਼ਤਾ ਮੈਂ ਜੇਲ੍ਹ ਦੇ ਵਿੱਚ ਰਿਹਾ ਹੁਣ ਮੈਂ ਬਾਬੇ ਦਾ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨੇ ਕਿਹਾ ਮੈਂ ਸਾਰਾ ਖਰਚਾ ਚੁੱਕ ਰਿਹਾ ਨਾ ਕੋਈ ਬਾਬਾ ਮਗਰ ਜਾਂਦਾ ਜੇ ਤੇ ਨਾ ਕੋਈ ਜ਼ਮਾਨਤ ਕਰਾਉਂਦਾ ਜੇ ਇੱਥੇ ਅੱਗ ਬਾਲ ਕੇ ਆਪਣੀ ਤੇ ਖੁਦ ਸਿੱਕਣੀ ਪੈਂਦੀ ਹੈ ਜਿੱਦਾਂ ਕਹਿੰਦੇ ਨਾ ਵੀ ਛੜਿਆਂ ਨੂੰ ਆਪ ਹੀ ਫੂਕਾਂ ਮਾਰਨੀਆਂ ਪੈਂਦੀਆਂ ਉਹ ਧੂੰਏ ਨਾਲ ਮੂੰਹ ਵੀ ਕਾਲਾ ਹੁੰਦਾ ਤੇ ਰੋਟੀਆਂ ਵੀ ਸੜ ਜਾਂਦੀਆਂ ਅਸੀਂ ਧੂੰਏ ਨਹੀਂ ਅਸੀਂ ਪਲਦੇ ਭਾਂਪੜਾਂ 'ਚ ਬਣੇ ਤਾਂ ਹੀ ਤਾਂ ਸਰਕਾਰ ਦੀ ਆਖਿਆ ਅਸੀਂ ਰੜਕਦੇ ਹਾਂ ਤਾਂ ਹੀ ਤੇ ਬੁਰੇ ਲੱਗਦੇ ਨਾ ਦੁਨੀਆਂ ਦੇ ਲੋਕਾਂ ਦਾ ਉਹ ਇਹੋ ਜਿਹੇ ਲੰਗਰਾਂ ਦੇ ਭੇਜਣ ਵਾਲਿਓ ਪਾਇਓ ਆਪਣੇ ਅੰਦਰ ਝਾਤੀ ਮਾਰ ਕੇ ਤੋਂ ਕੱਲ ਦੀਆਂ ਗੱਲਾਂ ਤੁਹਾਡੀਆਂ ਭੈਣਾਂ ਨਗਰ ਕੀਤੀਆਂ ਤੁਹਾਡੇ ਭਰਾਵਾਂ ਦੀਆਂ ਪੱਗਾਂ ਲਾ ਕੇ ਗਲਾਂ 'ਚ ਪੈਰ ਪਾ ਕੇ ਸਾੜਿਆ ਉਹ ਭੁੱਲ ਗਏ ਨੇ 84 ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰਕੇ ਵੱਡੀਆਂ ਵੱਡੀਆਂ ਅਟਾਰੀਆਂ ਬਣਾਉਣ ਵਾਲਿਓ ਵੱਡੀਆਂ ਵੱਡੀਆਂ ਗੱਡੀਆਂ ਲੈਣ ਵਾਲਿਓ ਕੋਈ ਅੰਦਰ ਝਾਤੀ ਮਾਰ ਕੇ ਵੇਖੋ ਅਜੇ ਤੇ ਕੱਲ ਦੀਆਂ ਗੱਲਾਂ ਨੇ ਅਜੇ ਤੇ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਇਹ ਮਾਇਆ ਉੱਥੇ ਨਹੀਂ ਇਹ ਮਾਇਆ ਉਹਨਾਂ ਸਿੱਖਾਂ ਦੇ ਲਾਉਣ ਦੀ ਲੋੜ ਹੈ ਜਿਹੜੇ ਜਜ਼ਬਾ ਰੱਖਦੇ ਨੇ ਕੌਮ ਵਾਸਤੇ ਮਰਨ ਦਾ ਉਹਨਾਂ ਲੋਕਾਂ ਤੇ ਮਾਇਆ ਲਾਉਣ ਦਾ ਮਾਇਆ ਮਾਰਨ ਇਸ ਕਰਕੇ ਕਹਿੰਦੇ ਦਿਵਿਆਂ ਵਿੱਚ ਵੰਡੀ ਜਾਓ ਹੁਣ ਮੇਰਾ ਪ੍ਰਸੰਗ ਕੁਝ ਹੋਰ ਹੈ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸੀ ਵੀ ਇਹ ਮਾਲਵੇ ਦੀ ਧਰਤੀ ਹੈ ਕੀ ਆਹ ਇੱਕ ਵਾਰੀ ਅਰਦਾਸ ਕਰੀਏ ਕਹਿ ਦਿਓ ਨਾਨਕ ਰਾਮ ਚੜ੍ਹ ਦੀ ਗੱਲ ਤੇਰੇ ਪਾਣੀ ਸਰਬੱਤ ਮੈਂ ਜਜ਼ਬਾਤੀ ਜਿਹਾ ਬੰਦਾ ਇਸੇ ਕਰਕੇ ਜਜ਼ਬਾਤਾਂ ਦੇ ਕਾਰਨ ਮੈਂ 10 ਸਾਲ ਸੰਘਰਸ਼ ਕੀਤਾ 10 ਸਾਲ ਆਹ 2-3 ਸਾਲ ਹੀ ਹੋਏ ਵੈਸੇ ਮੈਨੂੰ ਲੋਕ ਜਾਣਨ ਲੱਗੇ ਆ ਨਹੀਂ ਤਾਂ 10 ਸਾਲ ਪਹਿਲਾਂ ਤੁਰਦਾ ਫਿਰਦਾ ਰਿਹਾ ਕਿਸੇ ਨੇ ਵੀ ਪੁੱਛਿਆ ਜਦੋਂ ਜੇਲ੍ਹ ਕੱਟ ਲਈ ਲੋਕਾਂ ਦੇ ਸਾਹਮਣੇ ਆਇਆ ਭਾਵ ਕਰਨਾ ਪੈਂਦਾ ਗੱਲਾਂ ਨਾਲ ਮੁਸ਼ਕਲਾਂ ਹੱਲ ਹੋਣ ਕੁਝ ਬਾਜੂਆਂ ਵਿੱਚ ਵੀ ਜ਼ੋਰ ਹੋਵੇ ਬੰਦਾ ਸੋਚ ਅਣਖਦਾ ਹੋਵੇ ਪੱਕਾ ਭਾਵੇਂ ਸਾਹ ਤੇ ਭਾਵੇਂ ਚੋਰ ਹੋਵੇ ਹੱਥੇ ਵਾਲਿਆ ਕੋਈ ਨੀ ਜਿੱਤ ਸਕਦਾ ਉਹ ਜਿਹਦੇ ਵਾਹਿਗੁਰੂ ਤੇ ਹੱਥ ਡੋਰ ਉਹਨੂੰ ਨੀ ਕੋਈ ਜਿੱਤ ਸਕਦਾ ਜਿਹੜਾ ਵਾਹਿਗੁਰੂ ਤੇ ਭਰੋਸਾ ਰੱਖਦਾ ਤੇ ਜਿਹੜੇ ਚੌਧਰ ਪੁਣੇ ਦੇ ਹਕੂਮਤ ਦੇ ਨਸ਼ੇ ਦੇ ਅੰਦਰ 4 ਦਿਨ ਉੱਡਦੇ ਫਿਰਦੇ ਉਹਨਾਂ ਲੱਭਦੇ ਵੀ ਨੀ ਮੁੜ ਕੇ ਜੋਸ਼ੀ ਲਿਖਦਾ ਕਹਿੰਦਾ ਚੌਧਰ ਪੁਣੇ ਹਕੂਮਤ ਦੇ ਨਸ਼ੇ ਅੰਦਰ ਉਹ 4 ਦਿਨ ਜ਼ਰੂਰ ਜ਼ਰੂਰ ਹੁੰਦਾ ਹੁੰਦਾ ਮਾਇਆ ਦੇ ਜੰਨਾ ਨਜ਼ਦੀਕ ਬੰਦਾ ਬੰਦਾ ਰੱਬ ਤੋਂ ਉਹਨਾਂ ਹੀ ਦੂਰ ਹੁੰਦਾ ਸਾਰੇ ਤੋੜ ਆਕਾਸ਼ ਤੇ ਲਿਆ ਦਿਆਂਗਾ ਓਏ ਇਹਨਾਂ ਬੰਦੇ ਨੂੰ ਗਲਤ ਫਤੂਰ ਹੁੰਦਾ ਜੋਸ਼ੀ ਬੰਦੇ ਦੇ ਹੱਥ ਵਿੱਚ ਕੁਝ ਵੀ ਨਹੀਂ ਉਹ ਹੁੰਦਾ ਜੋ ਜੋ ਉਹਨੂੰ ਮਨਜ਼ੂਰ ਉਹੀ ਹੁੰਦਾ ਜੋ ਆਓ ਬੰਦੇ ਜੁੜ ਕੇ ਬੈਠੇ ਮੇਰੇ ਭਰਾ ਸੱਚ ਗਏ ਨੇ ਬਾਹਰ ਤੇ ਬਲਹਾਰੇ ਜਾਵਾਂ ਮੇਰੇ ਬਜ਼ੁਰਗਾਂ ਨੇ ਇਹ ਵੀ ਨਹੀਂ ਵੇਖਿਆ ਵੀ ਮੈਂ ਵੀ ਬਹਿ ਕੇ ਚੌਕੇ ਪਾ ਕੇ
ਬਾਕੀ ਭਰਾਵਾਂ ਨੂੰ ਵੀ ਕਹਿੰਦਾ ਬਹਿ ਜਾਓ ਤੁਸੀਂ ਵੀ ਤੁਹਾਨੂੰ ਕੀ ਗੱਲ ਫਟਕਾ ਲਿਆ ਕਰੀਏ ਵਰਤੀਆਂ ਗੋਲੀਆਂ 'ਚ ਬੈਠੇ ਆਪਾਂ ਇੰਨਾ ਨੂੰ ਇੱਕ ਆਦੇ ਨਾਲ ਟੱਕਰ ਵਾਲੇ ਨੇ ਕੰਡਿਆਂ ਦੇ ਸੂਲਾਂ ਤੇ ਸੇਜਾਂ ਮੰਨਣ ਵਾਲੇ ਹੋ ਹੁਣ ਤੇ ਟੈਲਾਂ ਬੜੀਆਂ ਸੋਹਣੀਆਂ ਲੱਗੀਆਂ ਸਾਡੇ ਬਾਪੂ ਨੂੰ ਤੇ ਰੋੜਾ ਦੀ ਸੇਜ ਤੇ ਚੌਂਕੜਾ ਮਾਰ ਕੇ ਬਹਿ ਗਿਆ ਸੀ ਉਹਦੇ ਵਾਰਸ ਬਾਬੇ ਨਾਨਕ ਨੇ ਜਿਹਨੇ ਬਾਬਰ ਨੂੰ ਆਖਿਆ ਕਹਿੰਦਾ ਗੱਲ ਸੁਣੋ ਮੰਨਿਆ ਤੂੰ ਬਾਦਸ਼ਾਹ ਹੈ ਪਰ ਤੂੰ ਬਾਬਰ ਨਹੀਂ ਤੂੰ ਤੇ ਜਾਬਰ ਹੋ ਤੇਰੀ ਮਾਂ ਨੇ ਤੇਰਾ ਨਾਂ ਹੀ ਗਲਤ ਰੱਖਿਆ ਬਾਬਰ ਤੂੰ ਤੇ ਜਾਬਰ ਹੋ ਬਾਦਸ਼ਾਹ ਨਹੀਂ ਹੋਣਾ ਚਾਹੀਦਾ ਬਈ ਮਾਂ ਤੇ ਧੱਕੇਸ਼ਾਹੀ ਕਰਨ ਵਾਲਾ ਬਾਦਸ਼ਾਹ ਨਹੀਂ ਹੋ ਸਕਦਾ ਤੂੰ ਜਾਬਰ ਹੈ ਜਾਬਰ ਨੂੰ ਰੱਤ ਤੁਸੀਂ ਪਾਈ ਤੇ ਉਹਦੀ ਜਾਇਦਾਦ ਕੌਣ ਵਰਤਦਾ ਕਿਹੜੇ ਮਾਲਕ ਹੁੰਦੇ ਨੇ ਉਹਨਾਂ ਦੇ ਵਾਰਸ ਉਹਨਾਂ ਦੀ ਤਲਾਕ ਆਓ ਫਿਰ ਆਪਾਂ ਉਹਨਾਂ ਨੂੰ ਸਾਂਭ ਲਈਏ ਜੋ ਸਾਨੂੰ ਬਖਸ਼ ਦਿੱਤਾ ਤੇ ਸਾਡੇ ਕੋਲ ਤੇ ਇੱਕੋ ਹੀ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾ ਇੱਕ ਬੇਨਤੀ ਕਰਦਾ ਭਰਾਵਾਂ ਨੂੰ ਵੀ ਹੁਣ ਥੋੜਾ ਸ਼ਿਕਾਉਣਾ ਬੰਦ ਹੀ ਕਰ ਦਈਏ ਆਵਾਜ਼ ਤੇ ਮਦ ਵੀ ਹੋ ਗਈ ਇਹਨਾਂ ਦੀ ਸੁੱਖ ਨਾਲ ਬਾਹਲੇ ਠੰਡੇ ਜਿਹੇ ਪੈ ਗਏ ਜੇ ਕਿਤੇ ਨਾ ਇੱਕ ਗੱਲ ਗਿਆਨੀ ਵੀ ਹੈਗੀ ਜੇ ਕਿਤੇ ਕੋਈ ਬਾਬਾ ਬੈਠਾ ਹੁੰਦਾ ਨਾ ਵੱਡੇ ਢੇਡਾਂ ਵਾਲਾ ਉਹਨੇ ਕਹਿਣਾ ਜੈ ਬਾਬੇ ਇਹਦਾ ਸਾਰਾ ਹੀ ਜ਼ੋਰ ਲੱਗਦਾ ਸੀ ਜਿੰਨੀ ਚਾਹ ਪਾਣੀ ਪੀਤਾ ਵੀ ਬਾਬੇ ਵਰਗਾ ਹੈ ਹੀ ਕੋਈ ਤੇ ਜਦੋਂ ਵਾਹਿਗੁਰੂ ਦਾ ਨਾਮ ਆਉਂਦਾ ਉਦੋਂ ਪਤਾ ਨੀ ਖੱਟੇ ਜਿਹੇ ਹੁੰਦੇ ਆ ਸੁੰਗੜਦੇ ਜਾਂਦੇ ਆ ਜਿੱਦਾਂ ਕੋਈ ਬੁੱਢਾ ਕਿਸੇ ਮਾਲੀ ਨੇ ਲਾਇਆ ਨਾ ਉਹ ਕਹਿੰਦੇ ਖਾਦ ਦਾ ਵਾਧਾ ਫੁੱਲਦਾ ਤੇ ਜੇ ਬਹੁਤੀ ਖਾਦ ਪੈ ਜਾਵੇ ਤਾਂ ਉਹ ਵੀ ਜੜ ਸੜ ਜਾਂਦੀ ਆ ਹੁਣ ਮੈਨੂੰ ਜਦ ਤੱਕ ਲੱਗਦਾ ਪਿਆ ਗੁੱਸਾ ਨਾ ਕਰੋ ਬੀਬੀਓ ਹੁਣ ਅਸਲਾ ਜ਼ਿਆਦਾ ਛੱਕ ਲਿਆ ਹੁਣ ਆਵਾਜ਼ ਵਾਕਿਆ ਮਧੁ ਪੈਂਦੀ ਜਾਂਦੀ ਆ ਅਗਲੇ ਪ੍ਰਾਂਤ ਤੇ ਮੈਂ ਬੇਨਤੀ ਕਰਦਾ ਕਿ ਥੋੜਾ ਸਵਾਇਆ ਸਵਾਈ ਰੱਖੀਏ ਆਵਾਜ਼ ਨੂੰ ਮਧੁ ਨਹੀਂ ਪੈਣ ਦੇਣਾ ਆਵਾਜ਼ ਨੂੰ ਜਗਾ ਕੇ ਰੱਖਣਾ ਆਓ ਗੁਰੂ ਹਰਿ ਸੱਚੇ ਪਾਤਸ਼ਾਹ ਆਏ ਨੇ ਹੁਣ ਵੇਖਣਾ ਵੀ ਚਾਹ ਪਾਣੀ ਪੀਤਾ ਤੇ ਮੈਂ ਵੀ ਤੁਹਾਡੇ ਨਾਲ ਗਾਉਣਾ ਤੇ ਤੁਸੀਂ ਵੀ ਗਾਉਣਾ ਆ ਜਾ ਵੀ ਗਿਆ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਬਾਬੇ ਨੇ ਕਿਰਪਾ ਕੀਤੀ ਹੈ ਅਸੀਂ ਕਿੱਥੇ ਵਸਣ ਵਾਲੇ ਕਿੱਥੇ ਲਿਆਂਦਾ ਬਾਬੇ ਨੇ ਇਹ ਉਹ ਅਵਸਥਾ ਬਾਬੇ ਨੇ ਗ੍ਰਾਂਤ ਦੀ ਵੀ ਬੜੇ ਜਨਮਾਂ ਚ ਮੰਤਰਾਂ ਦੇ ਵਿਛੜੇ ਸੀ ਇਹ ਰਿਸ਼ਤੇ ਕੋਈ ਆਮ ਨਹੀਂ ਹੁੰਦੇ ਹੁਣ ਮੇਰੀ ਇੱਧਰ ਕਿਹੜਾ ਕੋਈ ਭੂਆ ਸੀ ਜਾਂ ਕੋਈ ਮਾਸੀ ਸੀ ਜਾਂ ਕੋਈ ਮਾਮਾ ਸੀ ਕੋਈ ਚਾਚਾ ਸੀ ਕੋਈ ਭਰਾ ਸੀ ਇਹ ਤੁਸੀਂ ਤੁਹਾਡਾ ਪਿਆਰ ਲੈ ਕੇ ਆਇਆ ਸੀ ਪਿਛਲੇ ਜਨਮਾਂ ਦੇ ਵਿਛੜੇ ਸੀ ਇਹਨਾਂ ਸਟੇਜਾਂ ਤੇ ਅਸੀਂ ਗਾਉਣਾ ਸੀ ਜਸਾਂ ਦਾ ਜਿੱਥੇ ਉਹਨਾਂ ਮਾਤਾ ਦਾ ਲਹੂ ਡੁੱਲਾ ਸੀ ਤੇ ਜਿਹਨਾਂ ਦਾ ਲਹੂ ਡੁੱਲਾ ਹੋਵੇ ਉਹਨਾਂ ਦੀ ਮਹਿਕ ਸੰਸਾਰ ਤੇ ਸਦਾ ਰਹਿੰਦੀ ਹੈ ਆ ਜਿਹੜੇ ਆਪਾਂ ਮਹਿਕਾਂ ਅੱਜ ਮੰਨਦੇ ਫਿਰਦੇ ਇਹ ਕੁਝ ਕੁ ਸਮੇਂ ਵਾਸਤੇ ਮੁੱਕ ਜਾਂਦੀ ਬਾਅਦ ਵਿੱਚ ਪਰ ਜਿਹੜੀ ਮਹਿਕ ਉਹਨਾਂ ਸ਼ਹੀਦਾਂ ਦੇ ਖੂਨ ਦੀ ਹੈ ਉਹ ਨਹੀਂ ਕਦੇ ਮੁੱਕਦੀ ਹੈ ਸਦਾ ਹੈ ਬੱਤੀ ਇੱਕ ਤਾਂ ਲੋ ਮਦੀ ਕਰ ਗਈ ਦੀਏ
ਕਦੇ ਭੜਕਦੇ ਫੜਕ ਪੈਂਦੇ ਕਹਿੰਦਾ ਆਸ਼ ਸੂਰਮੇ ਕਦੇ ਵੀ ਡੋਲਦੇ ਨਹੀਂ ਜਦ ਵੀ ਕਰਕਦੇ ਫੜਕਦੇ ਫੜਕ ਪੈਂਦੇ ਯਾਰ ਬਾਹਰ ਬਧਾਰੀਆਂ ਕਰਨ ਵਾਲੇ ਹੋਏ ਆਸ ਵਿੱਚ ਰੜਕਦੇ ਰੜਕਦੇ ਰੜਕ ਪੈਂਦੇ ਮੋਰਾ ਵਾਲੀਆਂ ਅਣਖ ਬਚਾਉਣ ਬਦਲੇ ਖੰਡੇ ਖੜਕਦੇ ਖੜਕਦੇ ਖੜਕੜ ਪੈਂਦੇ ਮੈਂ ਜਿੱਥੇ ਵੀ ਜਾਣਾ ਨਾ ਅਰਦਾਸ ਦੀ ਹਾਜ਼ਰੀ ਜ਼ਰੂਰ ਹੋਣਾ ਕਿਸੇ ਕੋਈ ਇੱਕ ਅੱਖਰ ਵੀ ਸਿੱਖਿਆ ਹੋਵੇ ਤੇ ਉਹਨੂੰ ਭੁੱਲਣਾ ਨਹੀਂ ਚਾਹੀਦਾ ਜਿਹੜੇ ਆਪਣੀ ਕਸਮ ਨੂੰ ਭੁੱਲ ਜਾਂਦੇ ਸਮਝ ਲਓ ਦੁਨੀਆਂ ਤੇ ਉਹਨਾਂ ਦਾ ਨਾਮ ਨਿਸ਼ਾਨ ਹੀ ਕੋਈ ਨਹੀਂ ਜਿਸ ਬਾਪ ਨੇ ਪੈਦਾ ਕੀਤਾ ਉਹਨੇ ਨਾਮ ਦਿੱਤਾ ਤੇ ਜਿਹਦੇ ਕੋਲ ਗੁਣ ਲਿਆ ਉਹਨੇ ਜੀਣਾ ਦੱਸਿਆ ਇੱਕ ਨੇ ਜਨਮ ਦਿੱਤਾ ਇੱਕ ਨੇ ਜੀਣਾ ਦਿੱਤਾ ਐਸਾ ਜੀਵਨ ਦਿੱਤਾ ਵੀ ਨਹੀਂ ਕਿ ਦੁਨੀਆਂ ਤੱਕ ਇਹ ਜਿਉਂਦੇ ਰਹਿਣਾ ਕੱਲ ਨੂੰ ਸੰਸਾਰ ਤੇ ਨਾਮ ਹੀ ਹੋਵਾਂਗੇ ਜਦੋਂ ਵੀ ਨੈਟ ਤੇ ਸਰਚ ਮਾਰਿਆ ਜਸਵੀਰ ਸਿੰਘ ਮਾਨ ਤੇ ਸੀ ਤੇ ਪ੍ਰਤੱਖ ਤੁਹਾਡੇ ਸਾਹਮਣੇ ਹੋਣਾ ਹੈ ਨਾ ਅਮਰ ਜੀਵਨ ਬੀਬੀਓ ਅਜੇ ਪੁੱਤ ਨੇ ਪੈਦਾ ਹੋਣਾ ਹੁੰਦਾ ਪਹਿਲਾਂ ਹੀ ਮੈਂ ਪੁੱਤ ਨੂੰ ਅਮਰੀਕਾ ਭੇਜਣਾ ਦੂਜੀ ਕਹੂੰ ਮੈਂ ਤੇ ਇੰਗਲੈਂਡ ਭੇਜੂ ਤੀਜੀ ਕਹਿੰਦੀ ਭਾਵੇਂ ਔਖੀ ਸੌਖੀ ਪੈਲੀ ਵਿੱਚ ਨਹੀਂ ਉਹਨਾਂ ਨੇ ਕੈਨੇਡਾ ਭੇਜਣਾ ਉਹ ਇਹ ਸੋਚੋ ਵੀ ਮੈਂ ਪੁੱਤ ਸੰਘਰਸ਼ਸ਼ੀਲ ਬਣਾਉਣਾ ਮੈਂ ਗੁਰੂ ਘਰ ਦਾ ਬਾਕੀ ਰਾਗਾ ਢਾਡੀ ਪ੍ਰਚਾਰ ਕਰਾਉਣਾ ਮੈਂ ਉਹ ਸੂਰਮਾ ਬਣਾਉਣਾ ਜਿਹੜੇ ਬਹੁਤ ਵੇਖ ਕੇ ਲਲਕਾਰੇ ਮਾਰੇ ਵੀ ਆਇਆ ਚੜ ਕੇ ਪਰ ਹੋਣਾ ਜਾਣਾ ਚਾਹੀਦਾ ਝੜ ਕੇ ਇਹ ਨਹੀਂ ਵੀ ਬੂਹੇ ਕੋਈ ਲਲਕਾਰੇ ਮਾਰ ਕੇ ਚਲੇ ਜਾਵੇ ਤੇ ਪੁੱਤ ਬਲੀ ਪੈਦਾ ਕੀਤਾ ਹੋਵੇ ਤੇ ਮਾਲ ਲੋ ਕੇ ਪੁੱਤ ਚ ਰੱਖ ਲਵੇ ਉਹਦੇ ਪੁੱਤ ਨਹੀਂ ਕੁਰਬਾਨ ਨਾਨਕ ਦੇ ਘਰ ਛੇਵੇਂ ਪਾਤਸ਼ਾਹ ਮਹਾਰਾਜ ਮੀਰੀ ਪੀਰੀ ਦੇ ਮਾਲਕ ਜਦੋਂ ਪੈਂਦੇ ਖਾਨ ਪਠਾਨ ਦੇ ਨਾਲ ਜੰਗ ਹੋਈ ਨਾ ਇਹ ਗੁਰਦਾ ਗੱਦੀ ਮਹਾਰਾਜ ਨੇ ਕਿਵੇਂ ਦਿੱਤੀ ਮੈਂ ਉੱਥੇ ਲਿਆ ਕੇ ਰਿਹਾ ਤੁਹਾਨੂੰ ਵੀਰ ਰਸ ਸਾਡੀ ਸ਼ਾਨ ਹੈ ਬਰਾਗ ਰਸ ਇਹ ਸਾਡੀ ਮੁਹੱਬਤ ਦੀ ਨਿਸ਼ਾਨੀ ਹੈ ਸ਼ਾਂਤ ਰਸ ਇਹ ਸਾਨੂੰ ਸਬਰ ਦਿੰਦਾ ਹੈ ਵੀ ਜਦੋਂ ਸਬਰ ਦੀ ਇੰਤਹਾ ਹੋ ਜਾਂਦੀ ਨਾ ਫਿਰ ਅਸੀਂ ਤਲਵਾਰ ਨੂੰ ਹੱਥ ਕਰੀਏ ਤੇ ਸਾਡੇ ਵਰਗਾ ਸ਼ਾਂਤ ਵੀ ਕੋਈ ਨਹੀਂ ਸਾਡੇ ਵਰਗਾ ਬਰਾਗੀ ਵੀ ਕੋਈ ਨਹੀਂ ਤੇ ਨਾ ਸਾਡੇ ਵਰਗਾ ਪਿਆਰੀ ਕੋਈ ਬਖਸ਼ ਸਕਦਾ ਨਾ ਦਾਨ ਕਰ ਸਕਦਾ ਲਓ ਖਾਲਸਾ ਜੀ ਮੈਂ ਗੱਲ ਕਰ ਰਿਹਾ ਛੇਵੇਂ ਪਾਤਸ਼ਾਹ ਮਹਾਰਾਜ ਦੀ ਵੀ ਗੁਰਦਾ ਗੱਦੀ ਹਰ ਰਿਹਾ ਸਭ ਨੂੰ ਕਿਵੇਂ ਹੱਥੀ ਕਿਸੇ ਨੇ ਬੂਟਾ ਲਾਇਆ ਹੋਵੇ ਉਹਨੂੰ ਕੁੱਟਣਾ ਪਵੇ ਤੇ ਕਿੰਨੀ ਔਖੀ ਗੱਲ ਹੈ ਕਿਸੇ ਮਾਲੀ ਨੂੰ ਪੁੱਛੋ ਉਹਨੇ ਬੂਟਾ ਲਾਇਆ ਉਹ ਆਪਣੇ ਪਿਤਾ ਨਾਲ ਵੱਧ ਪਿਆਰ ਬੂਟੇ ਨੂੰ ਕਰਦਾ ਹੈ ਉਹ ਜਦੋਂ ਸੌਦਾ ਕਰਦਾ ਨਾ ਆਪਾਂ 10-20 ਰੁਪਈਏ 50 ਰੁਪਈਏ 1000 ਰੁਪਈਆ ਦੇ ਕੇ ਕਿੱਦਾਂ ਲੈ ਆਉਂਦੇ ਹਾਂ ਪਰ ਜਿਸ ਜਗ੍ਹਾ ਤੋਂ ਬੂਟਾ ਟੁੱਟਿਆ ਹੁੰਦਾ ਹੈ ਉਹ ਬੂਟਾ ਉਹਨੂੰ ਵੱਢ ਵੜ ਖਾਂਦਾ ਉਹ ਧਰਤੀ ਵੱਢ ਵੜ ਖਾਂਦੀ ਹੁੰਦੀ ਹੁਣ ਜਿਹਨੂੰ ਬੇਸਹਾਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਪਾਤਸ਼ਾਹ ਨੇ ਆਪ ਆਪਣੇ ਹੱਥੀ ਪਾਲਿਆ ਤੇ ਪਿਤਾ ਨਾਲੋਂ ਵੱਧ ਪਿਆਰ ਕੀਤਾ ਹੋਵੇ ਜਿਹਨੂੰ ਮਾਨਸਾ ਕਰ ਕਰਕੇ ਗਿਰੀਆਂ ਖਵਾ ਖਵਾ ਕੇ ਏਡਾ ਪਰੇਸ਼ਾਨੀ ਬਣਾਇਆ ਕਹਿੰਦਾ ਵੀ 2 ਸਾਲ ਭਿੰਦੇ ਸੀ ਤੇ ਸਿੰਘਾਂ ਤੋਂ ਫੜ ਕੇ ਅੱਡ ਕਰ ਦਿੰਦਾ ਸੀ ਏਡਾ ਤੇ ਘੋੜੇ ਤੇ ਸਵਾਰ ਬੈਠਾ ਸੁਣੇ ਸਵਾਰ ਘੋੜਾ ਫਟਕਾ ਕੇ ਧਰਤੀ ਤੇ ਮਾਰਦਾ ਕਹਿੰਦੇ ਘੋੜਾ ਬੇਹੋਸ਼ ਹੋ ਜਾਂਦਾ ਸਵਾਰ ਦੀ ਉੱਥੇ ਮੌਤ ਹੋ ਜਾਂਦੀ ਤੇ ਚਾਂਦੀ ਦੇ ਸਿੱਕੇ ਨੂੰ ਕੋਟਿਆਂ ਚ ਲੈ ਕੇ ਮਸਲ ਦਾ ਅੱਖਰ ਮੇੜ ਹੁੰਦਾ ਸੀ ਪਰ ਜਦੋਂ ਹੰਕਾਰ ਦੇ ਘੋੜੇ ਚੜਿਆ ਆ ਗਿਆ ਨਾ ਭਈ 1000 ਫੌਜ ਲੈ ਕੇ ਤੇ ਮਹਾਰਾਜ ਨੇ ਆਖਿਆ ਮੇਰੀ ਚਾਂਦੀ ਨਹੀਂ ਤੁਸੀਂ ਨਹੀਂ ਚੜ ਕੇ ਜਾਣਾ ਇਹ ਬੂਟਾ ਅਸੀਂ ਲਾਇਆ ਤੇ ਹੁਣ ਬੂਟਾ ਨਹੀਂ ਅਸੀਂ ਆਪ ਜਦੋਂ ਛੋਟੀ ਉਮਰ ਸੀ ਨਾ ਮਹਾਰਾਜ ਦੀ ਛਾਤੀ ਤੇ ਆ ਕਿਲੀ ਸਾਹਿਬ ਗੁਰਦੁਆਰਾ ਕਦੇ ਕਰਤਾਰਪੁਰ ਦੇ ਲਾਗੇ ਜਾ ਕੇ ਵੇਖਿਓ ਖੂਹ ਨਵਾਇਆ ਸੱਚੇ ਪਾਤਸ਼ਾਹ ਨੇ ਉੱਥੇ ਇਹਦੇ ਜ਼ੋਰ ਕਰਾਇਆ ਕਰਦੇ ਸੀ ਇੱਕ ਤਾਂ ਮਹਾਰਾਜ ਆਰਾਮ ਕਰਦੇ ਛਾਤੀ ਤੇ ਆ ਕੇ ਬਹਿ ਗਿਆ ਕਹਿੰਦਾ ਮੈਂ ਆਪਣੇ ਬਾਪੂ ਨੂੰ ਢਾ ਲਿਆ ਜਿੱਦਾਂ ਬਾਲ ਆਪਣੇ ਬਾਪੂ ਦੀ ਛਾਤੀ ਤੇ ਬਹਿ ਕੇ ਛੋਟੇ ਛੋਟੇ ਬੱਚੇ ਕਰਦੇ ਨੇ ਮਹਾਰਾਜ ਹੱਸ ਕੇ ਆਖਣਗੇ ਕਹਿੰਦੇ ਪੈਂਦੇ ਖਾਨ ਉਹ ਪੁੱਤਰਾ ਢੋਂ ਢੋਈਏ ਦਾ ਕੰਮ ਨਾ ਮੰਜੇ ਤਾਂ ਕੀ ਰੱਖੀ ਮੈਦਾਨ ਚ ਨਾ ਕਦੇ ਲੈ ਕੇ ਆਈ ਆ ਗਿਆ ਪ੍ਰਤਾਨ ਔਰ ਮਹਾਰਾਜ ਕਹਿੰਦੇ ਵੀ ਨਹੀਂ ਚੰਦਾ ਤੂੰ ਨਾ ਜਾਈ ਫਿਰ ਮੈਂ ਜਦੋਂ ਮਹਾਰਾਜ ਗਹਿਣਾ ਘੋੜੇ ਮੱਡੀ ਲਾ ਕੇ ਨੀਵੀਂ ਜੀ ਪਾ ਕੇ ਬਸ਼ਰਮਾ ਕਹਿੰਦਾ ਮਹਾਰਾਜ ਜੇ ਤੁਸੀਂ ਬੇਨਤੀ ਕਰਾ ਕੇ ਨਾ ਮੈਨੂੰ ਕੱਢਦੇ ਤਾਂ ਮੈਂ ਫੌਜਾਂ ਨਾ ਲੈ ਕਹਿੰਦਾ ਕਹਿੰਦਾ ਗੱਲ ਸੱਚੇ ਪਾਤਸ਼ਾਹ ਕਹਿੰਦੇ ਗੱਲ ਸੁਣ ਲਾ ਓਏ ਤਾਂ ਤੂੰ ਹੁਣ ਸਾਡਾ ਪੁੱਤ ਤੇ ਨਾ ਹੁਣ ਅਸੀਂ ਤੇਰੇ ਪਿਓ ਹੁਣ ਤੂੰ ਵੀ ਜਰਨੈਲ ਤੇ ਮੈਂ ਵੀ ਜਰਨੈਲ ਹੁਣ ਸ਼ਬਦਾਂ ਦੇ ਨਾਲ ਨਹੀਂ ਫੈਸਲਾ ਹੋਣਾ ਤਕੜਾ ਹੋ ਕਰ ਸਾਡੇ ਤੇ ਵਾਰ ਹੁਣ ਫੈਸਲਾ ਤਲਵਾਰ ਕਰੇ ਹੁਣ ਖਾਲਸਾ ਜੀ ਉਹਨੇ ਮਰਦੇ ਮਰਦੇ ਨੂੰ ਜਦੋਂ ਵਾਰ ਕੀਤੇ ਤੇ ਮਹਾਰਾਜ ਹੱਸ ਗਿਆ ਕਹਿੰਦੇ ਕਹਿੰਦੇ ਗੱਲ ਸੁਣੋਏ ਇਹ ਤਾਂ ਦਾ ਨਹੀਂ ਸੀ ਤਿਆਰ ਕੀਤਾ ਵੱਡੇ ਵੱਡੇ ਸੂਰਮੇ ਤੇਰਾ ਨਾਂ ਸੁਣ ਕੇ ਉਹ ਕੋਂਡਿਆਂ ਚ ਸਿਰ ਲੈਂਦੇ ਸੀ
ਇਹੋ ਜਿਹਾ ਸੁਰਮਾ ਤਿਆਰ ਕੀਤਾ ਸੀ ਤਕੜਾ ਹੋ ਕਰ ਬਾਤ ਸਾਡੇ ਤੇ ਇਹਨੇ ਕਹਿੰਦੇ ਜਦੋਂ ਨਾ ਤੀਸਰਾ ਬਾਰਵੀ ਦਾ ਖਾਲੀ ਗਿਆ ਪਰ ਕਹਿੰਦੇ ਜਾ ਇੱਕ ਮੌਕਾ ਹੋ ਦਿੱਤਾ ਇਹ ਘੋੜੇ ਦੇ ਥੱਲੇ ਵੜ ਕੇ ਨਾ ਘੋੜਾ ਲੱਗਾ ਪਲਟਾਉਣ ਕਹਿੰਦੇ ਮਹਾਰਾ ਨੇ ਤਲਵਾਰ ਜਿਹੜੀ ਸੀ ਨਾ ਉਹਦੀ ਮੁੱਠ ਤਾਂ ਫੜੀ ਹੋਈ ਸੀ ਇਹਦੇ ਸਰਦੇ ਤੇ ਮਾਰੇ ਕੋਈ ਧਰਤੀ ਤੇ ਡਿੱਗ ਪਿਆ ਜ਼ਖਮੀ ਹੋ ਗਿਆ ਸਿਰ ਤੇ ਲੱਗੀ ਸੱਟ ਤੁਸੀਂ ਜਾਣਦੇ ਜੇ ਮੇਰੇ ਲੜੀ ਦਿੰਦੀ ਫਿਰ ਜਦੋਂ ਘੋੜੇ ਮਹਾਰਾ ਆਰਾਮ ਨਾਲ ਘੋੜੇ ਤੋਂ ਥੱਲੇ ਉੱਤਰੇ ਇਹ ਪੱਟ ਖਾ ਕੇ ਧਰਤੀ ਡਿੱਗ ਪਿਆ ਮਹਾਰਾ ਫਿਰ ਦਇਆ ਆ ਗਈ ਅਰਸੇ ਆ ਗਿਆ ਮਹਾਰਾ ਨੇ ਰੱਤੀ ਪਾਲਿਆ ਸੀ ਪੁੱਤ ਚੌਵੀ ਹਾਲ ਦਾ ਸੂਸੀ ਤੇ ਸ਼ਾਂਤ ਕੀਤੀ ਮਹਾਰਾ ਨੇ ਕਹਿੰਦੇ ਪੈਦੇ ਖਾਨਾ ਸਾਡੇ ਪਿਆਰ ਵਿੱਚ ਕਿੱਥੇ ਕਮੀ ਰਹਿ ਗਈ ਸੀ ਉਹ ਤੂੰ ਮੂੰਹ ਮੰਗ ਲਈਦਾ ਸਾਰਾ ਕੁਝ ਤੇ ਪੁੱਤਰਾਂ ਤੇ ਰਹਿ ਸੀ ਉਹ ਤੂੰ ਨੌਕਰਾ ਵੀ ਨਾ ਹੁੰਦਾ ਅਸੀਂ ਤੇ ਆਪਣੇ ਪੁੱਤਰਾਂ ਨੂੰ ਵੱਧ ਪਿਆਰ ਤੈਨੂੰ ਸੋਹਣਿਆ ਕਰਦਾ ਸੀ ਕਹਿੰਦਾ ਮਹਾਰਾਜ ਮੈਨੂੰ ਬਖਸ਼ ਮਹਾਰਾਜ ਕਹਿੰਦੇ ਹੁਣ ਪੁੱਤ ਕਲਮਾ ਪੜ ਕਹਿੰਦਾ ਮਹਾਰਾਜ ਹੁਣ ਮੇਰੇ ਤੇ ਹੋਰ ਕੋਈ ਕਲਮਾ ਨਹੀਂ ਕੰਮ ਕਰਨਾ ਮਹਾਰਾਜ ਕਹਿੰਦੇ ਪਰ ਹੋਰ ਕੀ ਚਾਹੀਦਾ ਕਹਿੰਦਾ ਮਹਾਰਾਜ ਸਾਰੀ ਜ਼ਿੰਦਗੀ ਮੰਗਦਾ ਰਿਹਾ ਤੇ ਹੁਣ ਵੀ ਤੁਹਾਡੇ ਕੋਲ ਮੰਗਣ ਲੱਗਾ ਮਹਾਰਾਜ ਕਹਿੰਦੇ ਮੰਗ ਪੁੱਤਰਾ ਕਹਿੰਦਾ ਜੀ ਇੱਥੇ ਮੇਰੀ ਕਬਰ ਬਣਾ ਮਹਾਰਾਜ ਕਹਿੰਦੇ ਤੈਨੂੰ ਕਬਰ ਦਾ ਕੀ ਫਾਇਦਾ ਕਹਿੰਦਾ ਜੀ ਦੁਨੀਆ ਦੇ ਲੋਕ ਆਉਣਗੇ ਸੈਦਾ ਕਰਨ ਵਾਸਤੇ ਜਿੱਥੇ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਕਰਨਗੇ ਚਾਰ ਛੱਤਰ ਮੇਰੀ ਕਬਰ ਤੇ ਮਾਰ ਜਾ ਕਰਨਗੇ ਤੇ ਨਾਲੇ ਆਖਿਆ ਕਰਨਗੇ ਵੀ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਚੜ੍ਹ ਕੇ ਆਉਂਦਾ ਹੈ ਉਹਦਾ ਹਸ਼ਰ ਇਹੋ ਹੀ ਹੁੰਦਾ ਹੈ ਘਰ ਦੇ ਘੋੜੇ ਤੇ ਚੰਦ ਮਾਰਿਆ ਗੁਰੂ ਨਾਨਕ ਨੂੰ ਕਦੇ ਕੋਈ ਜਿੱਤ ਨਹੀਂ ਸਕਿਆ ਚੌਵੀ ਹਾਰ ਦਾ ਸੋਚ ਸੀ ਮਹਾਰਾਜ ਢਾਲ ਦੀ ਛਾਂ ਕੀਤੀ ਕਹਿੰਦਾ ਮਨ ਇੱਕ ਵਾਰ ਕਰੋ ਤੇ ਆਪਣੇ ਚਰਨਾਂ ਦਾ ਨਾਮ ਬਖਸ਼ੋ ਕਹਿੰਦੇ ਮਹਾਰਾਜ ਨਾ ਇੰਨੇ ਵਿਰਾਗ ਦੇ ਵਿੱਚ ਆ ਗਏ ਪਰ ਰਹਿ ਗਿਆ ਸੀ ਕਾਲੇ ਖਾਂ ਕਾਲੇ ਖਾਂ ਬੜਾ ਬਹਾਦਰ ਸੀ ਕਹਿੰਦਾ ਪਛਾਣ ਨਹੀਂ ਜਾਂਦਾ ਲਾਣ ਤਾਂ ਨਹੀਂ ਲੈਣੀ ਆ ਗੁਰੂ ਹੱਥੋਂ ਮਰ ਕੇ ਭੇਸ਼ ਦੇ ਵਿੱਚ ਜਾਂਦੇ ਆ ਉਹ ਸੱਜੇ ਪਾਸੇ ਦੇ ਸਾਹਮਣੇ ਆਇਆ ਪਰ ਇਹਨੂੰ ਮੌਕਾ ਤਾਂ ਇੱਕ ਵਾਰ ਉੱਤੇ ਕੀਤਾ ਇਹਨੂੰ ਮੈਂ ਤੋੜ ਦਿੱਤਾ ਉਹ ਰਹਿ ਗਿਆ ਕਹਿੰਦਾ ਕੁੱਤ ਮਖਾ ਜਾਨ ਛੁੱਟ ਗਿਆ ਯਾਰ ਖੜਾ ਵਿਚਾਰਾ ਸੋਚਦਾ ਕਰਮਾ ਦਿੱਤੀ ਹਾਰ ਜੇ ਮੈਂ ਜਾਨ ਬਚਾ ਲਈ ਸੰਸਾਰ ਅੱਗੇ ਵੱਧ ਕੇ ਗੁਰਾਤੇ ਉਹ ਕਰਨਾ ਚਾਹੁੰਦਾ ਵਾਰ ਅੱਗੋਂ ਸਤਿਗੁਰੂ ਆ ਮਿਲੇ ਹੋ ਘੋੜੇ ਸਵਾਰ ਖੰਡਾ ਜਨਾਂ ਸਤਨਾ ਫਿਰ ਕੀਤੇ ਬੇੜੇ ਪਾਰ ਸਿੱਖਾਂ ਨੇ ਆਖਿਆ ਮਹਾਰਾਜ ਜੁਰਮ ਰੋਕ ਥੋੜਾ ਗਿਆ ਅਜੇ ਅਜੇ ਜੁਰਮ ਨੀ ਰੁਕਿਆ ਮਹਾਰਾਜ ਤੁਸੀਂ ਹੁਕਮ ਲਾਇਆ ਸਿੱਖਾਂ ਨੂੰ ਤਿਆਰ ਤਿਆਰ ਰਹਿਣਾ ਤੇ ਮਹਾਰਾਜ ਜੁਰਮ ਥੋੜਾ ਮੁੱਕਿਆ ਤੁਸੀਂ ਕਮਰ ਕਿੱਸਾ ਖੋਲ ਦਿੱਤਾ ਨੇ ਮਹਾਰਾਜ ਕਹਿੰਦੇ ਹੁਣ ਅਸੀਂ ਜੰਗ ਨਹੀਂ ਕਰਨੀ ਸਿੱਖ ਬਰਾਕ ਜਾ ਕੇ ਵੀ ਮਾਰ ਮਾਰ ਲੈ ਕਮਰ ਕਸਾ ਖੋਲਤਾ ਜੁਰਮ ਦੇ ਮੁੱਕਾ ਨਹੀਂ ਫਜਾਣ ਕਰਨੀ ਚਲੋ ਜੇ ਮਾਰ ਲੈ ਤਲਵਾਰ ਬੇਮਿਆਨ ਨਾ ਕੀਤੀ ਤੇ ਜੁਰਮ ਨੂੰ ਰੋਕੇਗਾ ਕੌਣ ਪਰ ਛੇਵੇਂ ਪਾਤਸ਼ਾਹ ਮਾਰ ਲਿਆ ਕਰਕੇ ਕਹਿੰਦੇ ਸਿੱਖੋ ਘਬਰਾਓ ਨਾ ਹੁਣ ਜੰਗ ਇੱਕ ਵਾਰ ਕਰਾਂਗੇ ਆਰ ਪਾਰ ਦੀ ਮਾਰੇ ਕਿਦੋਂ ਕਰਾਂਗੇ ਮਾਰੇ ਕਹਿੰਦੇ ਸਰੂਪ ਨਹੀਂ ਹੁਣ ਦਸਵੇਂ ਰੂਪ ਚ ਆ ਕੇ ਜੰਗ ਕਰਾਂਗੇ ਲਓ ਜੀ ਫਿਰ ਇੱਧਰ ਹੁਣ ਜ਼ਿੰਮੇਵਾਰੀ ਲੱਗੇ ਦੇਣ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਹਨਾਂ ਵੱਲ ਧਿਆਨ ਮਾਰਿਆ ਨਾ ਮਾਰਦੇ ਲੋਕ ਮਹਾਰਾਜ ਦੇ ਪੁੱਤਰ ਲੋਕੀ ਦਾ ਨਾਮ ਸੀ ਛੇਵੇਂ ਪਾਤਸ਼ਾਹ ਮਹਾਰਾਜ ਦਾ ਸੋਹਣਾ ਵੀ ਕੋਈ ਇੱਥੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਸੋਹਣੇ ਖੋਲਦੇ ਸੀ ਉਹਨਾਂ ਨੇ ਮਾਣ ਕੀਤਾ ਰੁਲ ਗਿਆ ਸੁਲੇਮਾਨ ਤੇ ਯੂਸਫ ਨੇ ਮਾਣ ਕੀਤਾ ਰੱਬ ਦੋਹਾਂ ਮੁਕਾਬਲੇ ਪਾਉਂਦਾ ਹੈ ਉਹ ਸੁਲੇਮਾਨ ਹਥਿਆਰਾਂ ਦਾ ਭੱਠ ਝੋਕੇ ਯੂਸਫ ਹਾਥੀ ਨੂੰ ਹੱਟ ਪਕਾਉਂਦਾ ਹੈ ਬਲਹਾਰ ਜਾਵਾ ਮੈਂ ਤੇਰੀਆਂ ਕੁਦਰਤਾਂ ਦੇ ਬਾਦਸ਼ਾਹਾਂ ਤੋਂ ਭੀਖ ਮੰਗਾਵਾਂ ਪਰ ਜਦੋਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਗੱਲ ਆਉਂਦੀ ਕਹਿੰਦੇ ਸੋਹਣਿਆਂ ਦਾ ਸੁਲਤਾਨ ਗੁਰੂ ਗੋਬਿੰਦ ਸਿੰਘ ਮਰਦੀ ਇਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਾਰੇ ਕਹਿੰਦੇ ਏਡੇ ਬਲੀ ਸੀ ਜਦੋਂ ਘੋੜੇ ਤੇ ਸਵਾਰ ਹੁੰਦੇ ਸੀ ਜੰਗ ਵਿੱਚ ਘੋੜਾ ਬੜਾ ਪੈਂਦਾ ਸੀ ਪਰ ਲੋਕੀ ਦਾ ਭਾਰ ਸੀ ਮਹਾਰਾਜ ਕਹਿੰਦੇ ਮਹਾਰਾਜ ਦੇ ਬਾਜੂ ਕਹਿੰਦੇ ਸਿਰਾਂ ਮੋਢਿਆਂ ਤੱਕ ਜਾਂਦੇ ਸੀ ਇੱਕ ਵੇਖ ਕਹਿੰਦੇ ਉੱਚੀ ਕਰਦਾ ਸੀ ਮਹਾਰਾਜ ਤੇ ਰਾਜਿਆਂ ਵਾਂਗ ਪੋਸ਼ਾਕ ਪਹਿਨਦੇ ਸੀ ਮਰਦ ਗੱਲ ਵਿੱਚ ਖੀਰੇ ਪੰਨੇ ਜਵਾਰ ਮੋਤੀ ਪਾਉਂਦੇ ਸੀ ਐਵੇਂ ਥੋੜਾ ਬਾਣੀ ਕਹਿੰਦੀ ਰਾਜਾ ਨੇ ਕੀ ਰਾਜਾ ਇੱਕ ਵਾਰੀ ਕਹੀ ਰਾਜ ਦੇ ਕੇ ਰਾਜਾ ਮਹਾਰਾਜ ਦੇ ਕੇ ਮਹਾਰਾਜਾ ਰਾਜ ਦੇ ਕੇ ਰਾਜਾ ਮਹਾਰਾਜ ਦੇ ਕੇ ਮਹਾਰਾਜਾ ਸਾਡੇ ਗੁਰੂ ਵਰਗਾ ਹੈਗਾ ਇਸ ਗੁਰੂ ਵਰਗਾ ਕੋਈ ਰਾਜਾ ਨਹੀਂ ਹੋ ਸਕਦਾ ਨਾ ਇਸ ਗੁਰੂ ਵਰਗਾ ਕੋਈ ਪਾਤਸ਼ਾਹ ਹੋ ਸਕਦਾ ਲੋ ਸੱਚੇ ਪਾਤਸ਼ਾਹ ਮਹਾਰਾਜ ਦਰਬਾਰ ਸਜਾਇਆ ਆਖਰੀ ਗੁਰਦੇਵ ਤੇ ਆਖਰੀ ਦਰਬਾਰ ਸਜਾ ਕੇ ਛੇਵੇਂ ਪਾਤਸ਼ਾਹ ਮਹਾਰਾਜ ਮੇਰੀ ਪੀੜ ਦੇ ਮਾਲਕ ਗੁਰੂ ਨਾਨਕ ਦੀ ਜੋਤ ਗੁਰੂ ਹਰਿ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕਰਕੇ ਬਚਨ ਕੁਝ ਦਿਓ
ਰਾਜਿਆਂ ਦਾ ਜਸ ਨਹੀਂ ਹੀ ਗਾਉਂਦੇ ਮਤਾਂ ਦਾ ਜਸ ਗਾਇਆ ਗੁਰੂ ਦਾ ਜਸ ਗਾਇਆ ਇਹੀ ਨਾਦਾ ਜਸ ਗਾਇਆ ਮਹਾਰਾਜ ਨੇ ਹੁਕਮ ਲਾਇਆ ਮਹਾਰਾਜ ਨੇ ਭਾਈ ਭਾਨੇ ਨੂੰ ਹੁਕਮ ਲਾਇਆ ਭਾਈ ਭਾਨੇ ਨੇ ਫਿਰ ਕਲਾਇਆ ਬਾਬਾ ਬੁੱਢਾ ਸਾਹਿਬ ਨੂੰ ਤਾਂ ਸਮਝ ਜਦੋਂ ਮਹਾਰਾਜ ਦੇ ਅਨੰਦ ਕਾਰਜ ਹੋਏ ਨਾ ਹਰਨਾ ਸਾਹਿਬ ਦੇ 10 ਸਾਲ ਦੀ ਉਮਰ ਸੀ ਰਾਜਾ ਜੈ ਸਿੰਘ ਕਹਿੰਦੇ ਜੰਗਾਂ ਦੇ ਕੋਲ ਇਹਦਾ ਰਾਜ ਸੀ ਛੋਟਾ ਜਿਹਾ ਇਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਜਾ ਕੇ ਆਖਿਆ ਕਹਿੰਦਾ ਮਹਾਰਾਜ ਮੈਨੂੰ 8 ਕੰਨਿਆ ਕਾਲ ਪੁਰਖ ਨੇ ਬਖਸ਼ਿਸ਼ ਕੀਤੀਆਂ 8 ਮੈਂ ਨਹੀਂ ਗੁਰੂ ਅਰਜਨ ਸਾਹਿਬ ਦਾ ਉਹ ਰਾਜ ਘਰਾਣੇ ਚੋਂ ਆਈਆਂ ਕਿਸੇ ਗਰੀਬ ਘਰ ਚੋਂ ਰਾਜ ਘਰਾਣੇ 8 ਕੰਨਿਆ ਪੈਦਾ ਹੋਈਆਂ ਤੇ ਇਹ ਅਰਦਾਸ ਕਰਾ ਕਹਿੰਦਾ ਸੱਜੇ ਪਾਤਸ਼ਾਹ ਜਿਤਨੇ ਪੈਦਾ ਹੋਈਆਂ ਸੀ ਮੈਂ ਉਦਣ ਹੀ ਅਰਦਾਸ ਕੀਤੀ ਸੀ ਵੀ ਗੁਰੂ ਨਾਨਕ ਦੀ ਝੋਲੀ ਵਿੱਚ ਪਾਉਣੀਆਂ ਗੁਰੂ ਨਾਨਕ ਦੇ ਘਰ ਨਾਲ ਲਾ ਲਓ ਤੇ ਹਰਨਾ ਸਾਹਿਬ ਦੇ ਨਾਲ ਉਹ ਪੱਠਾ ਦਾ ਹੀ ਆਨੰਦ ਕਾਰ 10 ਸਾਲ ਦੀ ਉਮਰ ਹੈ ਇਧਰ ਜਦੋਂ ਮਹਾਰਾਜ ਗੱਡੀ ਤੇ ਬੈਠੇ ਨਾਲ ਹੁਕਮ ਲਾਇਆ ਸਿੱਖੋ ਅੱਜ ਤੋਂ ਸਾਡਾ ਰੂਪ ਜਾਣ ਕੇ ਇਹਨਾਂ ਨੂੰ ਨਮਸਕਾਰ ਕਰਦੇ ਇਹਨਾਂ ਦੇ ਹੁਕਮ ਦੇ ਅੰਦਰ ਤੇ ਨਾਲ ਹੀ ਉਧਰ ਵਚਨ ਕਰ ਦਿੰਦਾ ਗੁਰੂ ਅਰਜਨ ਸੱਜੇ ਪਾਤਸ਼ਾਹ ਨੇ ਕਹਿੰਦੇ ਫੌਜ ਤੁਸੀਂ ਰੱਖਣੀ ਪਰ ਜੰਗ ਨਹੀਂ ਕਰਨੀ ਮਹਾਰਾਜ ਨੇ 2200 ਘੋੜਸਵਾਰ ਰੱਖਿਆ ਸ਼ਸਤਰ ਵੀ ਪਹਿਨਦੇ ਸੀ ਮੋਢੇ ਤੀਰ ਕਮਾਨ ਤੀਰਾਂ ਵਾਲਾ ਪੱਥਾ ਕਲਗੀ ਵੀ ਲਾਉਂਦੇ ਸੀ ਮਹਾਰਾਜ ਘੋੜੇ ਤੇ ਸਵਾਰੀ ਵੀ ਕਰਦੇ ਸ਼ਿਕਾਰ ਵੀ ਕਰਦੇ ਸੀ ਪਰ ਇਹਨਾਂ ਮਹਾਰਾਜ ਦੇ ਗੁਰੂ ਹਰਿ ਸਾਹਿਬ ਦਾ ਦਿਲ ਬੜਾ ਦਰਦ ਸੀ ਕਹਿੰਦੇ ਕਿਸੇ ਪੰਛੀ ਨੂੰ ਜ਼ਖਮ ਹੋ ਜਾਂਦਾ ਨਾ ਮਹਾਰਾਜ ਬੱਚਿਆਂ ਦੀ ਤਰ੍ਹਾਂ ਉਹਦੀ ਮਲ ਪੱਟੀ ਕਰਦੇ ਸੀ ਮਹਾਰਾਜ ਨੇ ਇੱਕ ਚਿੜੀਆ ਘਰ ਵਾਂਗ ਬਣਾਇਆ ਸੀ ਸ਼ਿਕਾਰ ਨੂੰ ਕਰਦੇ ਸ਼ਿਕਾਰ ਕਰਕੇ ਜੋ ਵੀ ਲਿਆਉਂਦੇ ਆਪਣੇ ਕੋਲ ਰੱਖਦਾ ਮਹਾਰਾਜ ਫੁੱਲ ਲਾਉਣ ਦੇ ਬੜੇ ਸ਼ਕੀਨ ਸੀ ਪਰ ਵੈਦ ਏਦਾਂ ਦੇ ਸੀ ਐਵੇਂ ਥੋੜਾ ਕਹਿੰਦੇ ਮੇਰਾ ਵੈਦ ਗੁਰਗੋਬਿੰਦ ਗੁਰੂ ਹਰਿ ਸਾਹਿਬ ਨੇ ਇੰਨੀਆਂ ਦਵਾਈਆਂ ਆਪ ਤਿਆਰ ਕੀਤੀਆਂ ਵੀ ਦਾਰਾ ਸੰਘੋ ਵਰਗੇ ਦੀ ਲੋੜ ਪੈ ਗਈ ਇਸ ਘਰ ਦਾ ਮਹਾਰਾਜ ਨੇ ਆਖਿਆ ਜਾਂਦਿਆਂ ਕਹਿੰਦੇ ਇਹ ਗੁਰੂ ਨਾਨਕ ਦੀ ਜੋਤ ਸਮੇਂ ਸਮੇਂ ਦੇ ਨਾਲ ਕੰਮ ਕਰਦੀ ਹੁਣ ਅੱਜ ਤੋਂ ਬਾਅਦ ਇਹ ਜੋਤ ਹਰ ਰਾਏ ਦੇ ਹਰਿ ਸਾਹਿਬ ਕਹਿ ਕੇ ਨਮਸਕਾਰ ਕੀਤੀ ਮਹਾਰਾਜ ਨੇ ਤੇ ਆਪ ਸੰਸਾਰ ਨੂੰ ਅਨੁਗ੍ਰਹਿ ਕਰਦੀ ਇਧਰ ਧੀਰ ਮਲ ਜਿਹੜਾ ਮਹਾਰਾਜ ਕਹਿੰਦੇ ਸੀ ਨਾ ਆ ਗਿਆ ਮਹਾਰਾਜ ਕੌਣ ਆ ਗਿਆ ਕਹਿੰਦੇ ਉਹ ਹੀ ਆ ਗਿਆ ਜਿਹੜਾ ਪਹਿਲਾਂ ਸਿਆਪੇ ਆਉਂਦਾ ਸੀ ਤਾਂ ਹੀ ਨਾ ਰੱਖਿਆ ਸੀ ਧੀਰ ਮਾ ਰੱਖੋ ਧੀਰ ਰਵੇ ਪਰ ਧੀਰ ਚ ਕਿੱਥੇ ਇਹ ਬਾਦਸ਼ਾਹ ਸ਼ਾਹਜਹਾਂ ਦੇ ਕੋਲ ਪਹੁੰਚ ਗਿਆ ਪਿੱਤਣ ਲੱਗ ਗਿਆ ਕਹਿੰਦਾ ਮੇਰੇ ਨਾਲ ਸ਼ਾਹਜਹਾਂ ਦੀ ਧੱਕਾ ਹੋ ਗਿਆ ਸ਼ਾਹਜਹਾਂ ਨੂੰ ਪਤਾ ਸੀ ਚਾਰ ਜੰਗਾਂ ਲੜੀਆਂ ਘੁੱਟ ਖਾ ਕੇ ਮੁੜਨਾ ਪਿਆ ਵੀ ਗੁਰੂ ਹਰਗੋਬਿੰਦ ਸਾਹਿਬ ਤੇ ਜਿਹੜਾ ਵੀ ਚੜ ਕੇ ਜਾਂਦਾ ਰਿਹਾ ਉਹਨੂੰ ਹਾਰਦਾ ਮੂੰਹ ਵੇਖਣਾ ਹੀ ਪਿਆ ਤੇ ਹੁਣ ਬਾਦਸ਼ਾਹ ਸੋਚਦਾ ਕਹਿੰਦਾ ਵੀ ਉਧਰ ਤਾਕਤ ਵੱਡੀ ਆ ਇਹ ਕੱਲਾ ਫੱਲਾ ਭੁਲਕਦਾ ਫਿਰਦਾ ਇਹਨੂੰ ਕੀ ਲੈਣਾ ਉਹ ਗਾੜੀਓ ਕਹਿੰਦਾ ਗੱਲ ਇੱਦਾਂ ਆ ਵੀ ਇਹ ਤੁਹਾਡਾ ਘਰ ਦਾ ਮਸਲਾ ਘਰ ਬੈਠ ਕੇ ਕਰੋ ਇਹਦੇ ਵਿੱਚ ਸਾਨੂੰ ਨਾ ਘਸੀਟੋ ਕਹਿੰਦਾ ਮੇਰੇ ਕੋਲ ਫੌਜ ਵੀ ਮੇਰੇ ਕੋਲ ਅਸਲਾ ਵੀ ਹਥਿਆਰ ਵੀ ਬੜੇ ਨੇ ਤੁਸੀਂ ਬਸ ਬੰਦੇ ਭੇਜੋ ਕਹਿੰਦਾ ਮੇਰੇ ਭਰਾ ਨੂੰ ਮਾਰ ਮੰਗਾਓ ਤੇ ਮੈਨੂੰ ਗੱਦੀ ਦਵਾਓ ਮੈਂ ਤੁਹਾਡੇ ਹੁਕਮ ਦੇ ਅੰਦਰ ਚੱਲਾਂਗਾ ਪਰ ਬਾਦਸ਼ਾਹ ਨੂੰ ਪਤਾ ਸੀ ਵੀ ਇਹ ਗੱਦੀ ਜਿਹੜੀ ਹੈ ਇਲਾਹੀ ਹੈ ਦਰਗਾਹੀ ਹੈ ਇਹ ਰਾਹ ਦੀ ਨਹੀਂ ਇਹ ਨਹੀਂ ਵੀ ਗਵੇਲੇ ਬਣਾ ਕੇ ਆਪ ਚੌਂਕੜਾ ਮਾਰ ਕੇ ਕਹਿੰਦੇ ਇਹ ਧੋਰ ਦਰਗਾਹੋਂ ਤਖ਼ਤ ਨਹੀਂ ਮਿਲੇ ਤਖ਼ਤ ਬਹਿ ਸੋਲਕ ਦਾ ਅਰਦਾਸ ਆਇਆ ਸਤਿਗੁਰ ਕਿਰਪਾ ਕਰੇ ਤੁਹਾਡੇ ਵੱਲੋਂ ਬਹੁਤ ਸਾਰਾ ਪਿਆਰ ਬਹੁਤ ਸਾਰੀਆਂ ਅਸੀਸਾਂ ਬਸ ਦੁਆ ਕਰਿਆ ਕਰੋ ਅਰਦਾਸ ਕਰਿਆ ਕਰੋ ਮਾਰ ਦੇ ਚਰਨਾਂ ਚ ਅਸੀਂ ਚੰਗੇ ਢੰਗ ਨਾਲ ਤੁਹਾਡੇ ਜੋੜੇ ਕਰ ਸਕੀਏ ਨੂਰ ਫੀਲਿੰਗ ਪੰਪ ਵਾਲੇ ਪੰਪ ਹੈ ਕਿਹੜਾ ਚੰਗਾ ਲੱਗ ਰਿਹਾ ਪੈਟਰੋਲ ਪੰਪ ਹੈ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਇੱਕ ਗੱਲ ਯਾਦ ਰੱਖੋ ਥੋੜੇ ਕੁ ਦਿਨ ਪਹਿਲਾਂ ਤੇਲ ਬੰਦ ਹੋ ਗਿਆ ਵਕਤ ਪੈ ਗਿਆ ਲੋਕਾਂ ਦਾ ਅਸੀਂ ਚੁੱਪੀ ਜਾਣਾ ਸੀ ਮੇਰੀ ਤੇ ਵੈਸੇ ਆਦਤ ਟੈਂਕੀ ਫੁੱਲ ਕਰਾ ਕੇ ਰੱਖੀ ਅਸੀਂ ਕਿਹੜਾ ਪੱਲਿਓ ਕਰਾਉਣੀ ਤੁਸੀਂ ਕਰਾ ਕੇ ਦੇਣੀ ਹੈ ਕਹਿੰਦੇ ਚੁੱਪੀ ਜਾਣਾ ਹੁਣ ਕੀ ਕਰੀਏ ਮੈਂ ਕਿਹਾ ਜਾਣਾਂਗੇ ਜਿੱਥੇ ਤੱਕ ਪਹੁੰਚੂਗੀ ਰੋਕ ਦੇਵਾਂਗੇ ਫੇਰ ਡੇਰਾ ਲਾ ਲਵਾਂਗੇ ਪਰ ਮਹਾਰਾਜ ਨੇ ਏਡੀ ਕਿਰਪਾ ਕੀਤੀ ਵੀ ਜੇ ਲੁਧਿਆਣਾ ਨਹੀਂ ਟੱਪੇ ਤੇ ਤੇਲ ਹੀ ਤੇਲ ਹੋ ਗਿਆ ਇਹਨਾਂ ਪੰਪ ਵਾਲਿਆਂ ਦੀ ਬੜੀ ਵੱਡੀ ਜ਼ਿੰਮੇਵਾਰੀ ਆ ਇਹ ਤੇ ਲੁੱਟ ਘਸੁੱਟ ਕਰਨ ਵਾਲਿਆਂ ਨੂੰ ਸ਼ਰਮ ਚਾਹੀਦੀ ਵੀ ਇਹ ਕਿਹੜੇ ਵਿਚਾਰੇ ਜੇਬਾਂ ਚੋਂ ਕੱਢਦੇ ਆਪਾਂ ਆਪਣੀ ਲੋੜ ਨੂੰ ਪੈਸੇ ਦੇ ਦੇਣਾ ਮਹਾਰਾਜ ਕਿਰਪਾ ਕਰੇ ਵੀਰਾਂ ਨੂੰ ਤਰੱਕੀ ਬਖਸ਼ੇ ਇਸੇ ਤਰ੍ਹਾਂ ਚੜ੍ਹਤ ਕਰ ਦੇਣਾ ਵੇਖੋ ਕਿਰਤ ਕੋਈ ਵੀ ਹੋ ਇਹ ਇਮਾਨਦਾਰੀ ਨਾਲ ਕਰਨੀ ਚਾਹੀਦੀ ਜਿਹੜਾ ਬੰਦਾ ਆਪਣੇ ਕਿੱਤੇ ਨੂੰ ਪਿਆਰ ਨਹੀਂ ਕਰਦਾ ਆਪਣੇ ਕਿੱਤੇ ਦੇ ਨਾਲ ਇਮਾਨਦਾਰੀ ਨਾਲ ਨਾ ਚੱਲਦਾ ਉਹਦੇ ਘਰ ਕਦੇ ਬਰਫੜਾ ਨਹੀਂ ਆਉਂਦਾ ਯਾਦ ਰੱਖੋ ਕੁੱਲੀ ਚ ਬਹਿ ਕੇ ਜੋੜਾ ਕੰਢਣ ਵਾਲਾ ਮਹਿਲਾ ਤੱਕ ਦਾ ਸਫ਼ਰ ਤੈਅ ਕਰ ਸਕਦਾ ਹੈ ਤੇ ਜੇ ਮਹਿਲਾ ਚ ਬੈਠਾ ਹੱਥ ਨਾ ਲਾਵੇਗਾ ਤਾਂ ਮਹਿਲਾ ਤੋਂ ਕੁੱਲੀਆਂ ਤੱਕ ਆਉਂਦਿਆਂ ਬਹੁਤਾ ਸਮਾਂ ਨਹੀਂ ਲੱਗਦਾ ਇਸ ਕਰਕੇ ਤੁਹਾਨੂੰ ਕਹਿੰਦਾ ਜਾਗਦੇ ਨੂੰ ਸੌਣ ਵਾਲੇ ਲੋਕ ਮੁੱਕ ਜਾਂਦੇ ਨੇ ਮਹਾਰਾਜ ਨੇ ਆਰਾਮ ਨੂੰ ਹਰਾਮ ਆਖਿਆ ਮੇਰਾ ਮਨ ਚਾਹੁੰਦਾ ਵੀ ਜਿੱਦਾਂ ਦਾ ਤੁਹਾਡਾ ਪ੍ਰਤਾਪ ਬਣਿਆ ਨਾ ਗੁਰੂ ਹਰਿ ਸੱਚੇ ਪਾਤਸ਼ਾਹ ਕਿਰਪਾ ਕਰਨ ਅਗਲੇ ਪੜਾਅ ਤੇ
ਮਹਾਰਾਜ ਦੇ ਹੁਣ ਕੋਈ ਜੰਗ ਜੁੱਧ ਛੇੜ ਗਿਆ ਜਿਹਦੇ ਨਾਲ ਹੁਣ ਸਮਾਂ ਵੀ ਦੁਪਹਿਰ ਦਾ ਹੋ ਗਿਆ ਵੀਰਾ ਸਹਿਜ ਹੈ ਸ਼ਾਂਤਰਾ ਸਲੰਘ ਗਿਆ ਫਿਰ 3 ਵਜੇ ਤੋਂ ਬਾਅਦ ਵੀ ਬਨਾਗਰਾ ਸਾਜਣਾ ਤੇ ਹੁਣ ਵੀਰ ਅਸਤਾ ਕੋਈ ਪ੍ਰਸੰਗ ਅਗਲੇ ਪ੍ਰਾਂਤ ਤੇ ਆਰੰਭ ਕਰੀਏ ਗੁਰੂ ਕਿਰਪਾ ਕਰੇ ਮੇਰੀਆਂ ਭੁੱਲਾਂ ਮੇਰੀ ਝੋਲੀ ਚ ਪਾ ਦਿਓ ਤੇ ਗੁਰੂ ਹਰਿ ਸੱਚੇ ਪਾਤਸ਼ਾਹ ਦੇ ਕੋਲ ਇਹ ਮੰਗੋ ਸੱਚੇ ਪਾਤਸ਼ਾਹ ਕਿਰਪਾ ਕਰੋ ਜ਼ਿੰਦਗੀ ਨਾ ਇਹਦੇ ਵਿੱਚ ਬੜੇ ਪਜਾੜੇ ਨੇ ਮਹਾਰਾਜ ਪਹਿਲਾਂ ਦੱਸਿਆ ਨਾ ਬੰਦੇ ਚਿਹਰੇ ਬਾਹਰੋਂ ਬੜੇ ਖਿਰੇ ਲੱਗਦੇ ਨੇ ਅੰਦਰੋਂ ਬੰਦਾ ਕੋਈ ਨਾ ਕੋਈ ਕਿਸੇ ਨਾ ਕਿਸੇ ਦੁੱਖ ਤੋਂ ਦੁਖੀ ਜ਼ਰੂਰ ਹੈ ਕੋਈ ਧੀ ਤੋਂ ਦੁਖੀ ਕੋਈ ਪੁੱਤ ਤੋਂ ਦੁਖੀ ਕੋਈ ਬਿਮਾਰੀ ਤੋਂ ਦੁਖਾ ਰੋਗੀ ਵਿਲਕਦਰ ਪਿਆ ਕੋਈ ਕੰਮ ਕਾਰ ਤੋਂ ਦੁਖੀ ਕੋਈ ਦੇਸ਼ ਪ੍ਰਦੇਸ਼ ਵਿੱਚ ਫਸੇ ਤੋਂ ਦੁਖੀ ਹੈ ਕੋਈ ਔਲਾਦ ਨੂੰ ਤਰਸਦਾ ਪਿਆ ਤੇ ਕੋਈ ਔਲਾਦ ਇੱਥੋਂ ਦੁਖੀ ਹੈ ਕਿਸੇ ਕੋਲ ਬਹੁਤਾ ਖਾਣ ਨੂੰ ਨਾ ਕੋਈ ਸਮਾਂ ਨਹੀਂ ਤੇ ਕੋਈ ਖਾਣ ਨੂੰ ਤਰਸਦਾ ਤੇ ਕਿਸੇ ਕੋਲ ਪੈਸਾ ਪਿਆ ਤੇ ਚੱਲ ਕੇ ਗੁਰੂ ਦਰਬਾਰ ਤੱਕ ਆਉਣ ਵਾਸਤੇ ਲੱਤਾਂ ਨਹੀਂ ਹੋਰ ਦਾਸਾ ਕਰਦਾ ਕਿਹੜਾ ਵਾਰੇ ਮੈਂ ਕਿਰਪਾ ਕਰ ਬਲ ਬਖਸ਼ ਮੈਂ ਤੇਰੇ ਘਰ ਕਰਤਾ ਵਾ ਕਿਸੇ ਕੋਲ ਹੱਥ ਨਹੀਂ ਜੇ ਸਾਨੂੰ ਸੋਹਣੇ ਹੱਥ ਦਿੱਤੇ ਫਿਰ ਹੱਥ ਜੋੜ ਕੇ ਅਰਦਾਸ ਤੇ ਕਰ ਸਕਦੇ ਨੇ ਜੇ ਨੇਤਰ ਦਿੰਦੇ ਨੇ ਹਰੀ ਦਾ ਰੂਪ ਜਾਣ ਕੇ ਨਮਸਕਾਰ ਤੇ ਕਰ ਸਕਦੇ ਨਾ ਇਹ ਨੇਤਰੋ ਮੇਰੇ ਹਰ ਸਮੇਂ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਆਹ ਜਿਹੜਾ ਸਾਰਾ ਰੂਪ ਇਹ ਹਰੀ ਦਾ ਹੀ ਹੈ ਇਹ ਪੂਰਾ ਸੰਸਾਰ ਹਰੀ ਦਾ ਰੂਪ ਹੀ ਹੈ ਤੇ ਹਰੀ ਦਾ ਰੂਪ ਜਾਣ ਕੇ ਨਮਸਕਾਰ ਕਰਨੀ ਚਾਹੀਦੀ ਹੈ ਇਹ ਸੋਹਣੇ ਵੀ ਉਹਦੇ ਚੰਗੇ ਵੀ ਉਹਦੇ ਤੇ ਮਾੜੇ ਵੀ ਉਹਦੇ ਮਹਾਰਾਜ ਕਹਿੰਦੇ ਦੋਹਾਂ ਸਰਿਆ ਦਾ ਆਪ ਸੁਆਮੀ ਖੇਲਾ ਦਰਸਾ ਅੰਤਰ ਜਾ ਅਸੀਂ ਵੇਖਦੇ ਹਾਂ ਅਮੀਰ ਹੈ ਗਰੀਬ ਹੈ ਚੋਰ ਹੈ ਸਾਧ ਹੈ ਜੋਗੀ ਹੈ ਜੰਗਮ ਹੈ ਸਰੇਵੜਾ ਹੈ ਬਾਬਾ ਕਹਿੰਦਾ ਨਹੀਂ ਨਾ ਕੋ ਬੈਰੀ ਨਹੀਂ ਬਗਨਾ ਸਗਲ ਸੰਗ ਹਮ ਕੋ ਬਨਿਆਈ ਬਾਬਾ ਕਹਿੰਦਾ ਸਾਰੇ ਮੇਰੇ ਬਗਾਨਾ ਕੋਈ ਲੱਗਦਾ ਨਹੀਂ ਆਓ ਅਗਲੇ ਪ੍ਰਾਂਤ ਚੱਲੀਏ ਇੱਥੇ ਵੀਰਾਂ ਨੇ ਵੀ ਸਮਾਂ ਲਾਉਣਾ ਮੈਂ ਪਹਿਲਾਂ ਦੱਸਿਆ ਵੀ ਜਜ਼ਬਾਤ ਦੀਆਂ ਲਹਿਰਾਂ ਜਦੋਂ ਤੁਸੀਂ ਬਹਿੰਦੇ ਹੋ ਨਾ ਸਮੇਂ ਦਾ ਨਹੀਂ ਪਤਾ ਲੱਗਦਾ ਜੇ ਪੜਾਅ ਹੋਰ ਵੀ ਬਾਕੀ ਇਸ ਕਰਕੇ ਅਗਲੇ ਪ੍ਰਾਂਤ ਵੀ ਆਪਾਂ ਹਾਜ਼ਰੀ ਭਰਨੀ ਹੈ ਦਿਓ ਅਸੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।